ਦੇਖੋ ਤੁਸੀਂ, ਜਿਹੜੀ ਸਰਕਾਰ ਲਗਾਤਾਰ ਸਾਡੇ ਖਿਲਾਫ ਪ੍ਰਚਾਰ ਕਰਦੀ ਆ ਵੀ ਕਿਸਾਨ ਅੰਦੋਲਨ ਜੀ ਘਟ ਰਿਹਾ ਵਾ, ਠੀਕ ਹੈ ਜੀ, ਇੱਥੇ ਹੈ ਕੋਈ ਨਹੀਂ ਗਾ ਜੀ, ਤੁਹਾਨੂੰ ਦਿਖਾਉਂਦੇ ਹਾਂ ਕਿਹੜੇ ਕਿਹੜੇ ਹੈਗੇ ਆ। ਅਤੇ ਆਹ ਜਿਹੜੀ ਆ, ਇਹ ਸੰਗਰੂਰ ਵਾਲਿਆਂ ਦੀ ਬਈ ਟਰਾਲੀ ਆ, ਆਹ ਜਿਹੜੀ ਤੁਸੀਂ ਦੇਖਣ ਡੇ ਜ ਆ, ਅਤੇ ਆਹ ਕਿਸਾਨ ਤੁਹਾਨੂੰ ਨਜ਼ਰ ਆਉਣਗੇ। ਤੁਹਾਨੂੰ ਕਿਹੜਾ ਪਿੰਡ ਆ ਬਾਈ? ਹੈ ਹੈਂ? ਅੱਛਾ, ਆਹ ਮਗਰ ਢਾਰਾ ਤੁਹਾਡਾ ਵਾ? ਆਹ ਵਿਖਾ ਲਿਓ ਹਾਂ ਜਰਾ, ਆਹ ਵੇਖੀਏ। ਆਹ ਦੇਖੋ ਵੀ ਤੇ ਆਹ ਪੱਕਾ ਜਗਾੜ ਆ, ਇਹੋ ਜਿਹਾ ਢਾਰਾ ਆਪਣਾ ਪਿੰਡਾਂ 'ਚ ਨਹੀਂ ਹੈਗਾ, ਪੱਕਾ ਕੰਮ ਕਰ ਲਿਆ ਬਾਈ। ਹੈਂ? ਹਾਂਜੀ ਹਾਂ, ਪੱਕਾ ਕਰ ਲਿਆ, ਅਤੇ ਜਾਲੀ ਲਾਵਾਂਗੇ ਉਹ ਕਰਕੇ, ਮੰਜੇ ਲਿਆਂਦੇ, ਹੋਰ ਮੰਜੇ ਆ ਰਹੇ ਨੇ। ਅੱਛਾ ਹਾਂਜੀ, ਇਹ ਮਤਲਬ ਤੁਸੀਂ ਇਹ ਹਿਸਾਬ ਨਾਲ ਤੁਸੀਂ ਦੋ ਕੁ ਸਾਲ ਦਾ ਪ੍ਰਬੰਧ ਕਰ ਲਿਆ? ਦੋ ਕੀ ਜੀ, ਚਾਹੇ 200 ਸਾਲ ਲੱਗ ਜੇ, ਅਸੀਂ ਤਾਂ ਵੀ ਨਹੀਂ ਪਿੱਛੇ ਹਟਦੇ। ਅੱਛਾ ਹਾਂਜੀ, 200 ਸਾਲ 'ਚ ਤਾਂ ਬੜੇ ਆਗੂ ਬਦਲ ਜਾਣੇ ਆ। ਹਾਂਜੀ, ਕੋਈ ਗੱਲ ਨਹੀਂ, ਇਹ ਤਾਂ ਮਹਮਤਾ ਚੱਲਦੀ ਰਹੂ ਨਾ। ਇਹ ਵੀ ਠੀਕ ਆ। ਤੇ ਤੁਸੀਂ ਦੇਖੋ ਜਿਹੜੀ ਸਰਕਾਰ ਪ੍ਰਚਾਰ ਕਰੀ ਆ, ਪੱਕੇ ਪ੍ਰਬੰਧ ਇੰਨੇ ਆ। ਆਹ ਦੇਖੋ, ਆਹ ਦੇਖੋ ਵਿੱਚ ਪੱਖਾ ਸਿਸਟਮ ਕਿਵੇਂ, ਜਾਲੀਆਂ ਲੱਗੀਆਂ ਕਿਵੇਂ, ਪ੍ਰਬੰਧ ਕੀਤੇ ਹੋਏ ਆ। ਆਹ ਵੇਖੋ ਬਾਈ, ਇਹਨਾਂ ਦਾ ਸਾਊਂਡ ਰਹਿਣ ਸਹਿਣ ਦਾ ਢੰਗ ਤੁਹਾਨੂੰ ਦੇਖੀਏ। ਆਹ ਪੱਖਾ ਵਿੱਚੇ ਲੱਗਾ ਹੋਇਆ, ਆਹ ਵੇਖੋ ਗੈਸ ਆ, ਆਹ ਵੇਖੋ ਚੁੱਲ੍ਹਾ ਵਾ, ਸਬਜ਼ੀ ਆ, ਆਹ ਬਾਈ ਚਿੱਕੂ ਵੀ ਹੈਗਾ, ਆਹ ਪ੍ਰਬੰਧ ਆ, ਸਿਲੰਡਰ ਹੈਗਾ ਬਾਈ। ਆਹ ਤਾਂ ਬਹੁਤੇ ਪੱਕੇ ਕੰਮ ਕਰਕੇ ਬੈਠੇ ਆ। ਸਰਕਾਰ ਨੂੰ ਪਤਾ ਨਹੀਂ ਕਿਉਂ ਲੱਗੀ ਜਾਂਦਾ ਵੀ ਦਿੱਲੀ ਮੋਰਚਾ 2 ਜਿਹੜਾ ਵਾ ਉਹ ਸਰਕਾਰ ਦੇ ਪ੍ਰਚਾਰ ਕਰਨ 'ਤੇ ਲੱਗੀ ਹੋਈ ਆ। ਆਹ ਬਈ ਆਹ ਵੇਖੋ, ਆਹ ਪਿੰਡ ਪੰਧੇਰ ਕਲਾਂ ਅੰਮ੍ਰਿਤਸਰ ਦਾ ਦੇਖੋ, ਇਹ ਇੱਥੇ ਸੰਦ ਖੜ੍ਹੇ ਆ, ਇਹਨਾਂ ਦੇ ਬੰਦੇ ਆਏ ਹੋਏ ਆ। ਆਹ ਦੇਖੋ 5-6 ਆਗੂ ਨੇ, ਮੈਂ ਤੁਹਾਨੂੰ ਕੁਛ ਬੈਕ ਸਾਈਡ 'ਤੇ ਜਿੱਥੋਂ ਤੱਕ ਵੇਖੋ ਨਾ, ਪਿੱਛੋਂ ਜਿੰਨਾ ਟਰਾਲੀਆਂ ਹੀ ਟਰਾਲੀਆਂ, ਅਗਲੇ ਬੰਨੇ ਅਸੀਂ ਤੁਰੇ ਜਾਂਦੇ ਆ, ਤੁਹਾਨੂੰ ਦਿਖਾ ਲਈ ਜਾਂਦੇ ਹਾਂ ਵੀ ਕੀ ਮਾਹੌਲ ਆ। ਹਾਂਜੀ, ਅਤੇ ਤੁਸੀਂ ਦੇਖੋਗੇ, ਆਹ ਦੇਖੋ ਇਹ ਫਾਰਮ ਟਰੈਕ ਹੈ ਮੇਰੇ ਖਿਆਲ, ਇੱਥੇ ਸੋਨਾ ਲੀਕਾ ਬਾਈ। ਆਹ ਬਾਈ ਦੇਖੋ, ਆਹ ਜੀਨ ਦਾ ਰੰਗ ਢੰਗ ਦੇਖੋ ਜਰਾ ਮਾੜਾ ਜਿਹਾ, ਜੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਧੁੱਕੀਆਂ ਡਾ ਦਿਓ, ਜਿਹੜਾ ਬੰਦਾ ਯਾਰ ਵੇਖੇ ਜਰਾ। ਆਹ ਵੇਖੋ ਜਿਹੜੇ ਆਉਂਦੇ ਆ ਮੁੱਕ ਰਿਹਾ ਮੋਰਚਾ, ਆਹ ਵੇਖੋ ਆਹ ਤਾਂ ਬਾਈ ਐਂ ਲੱਗਦੇ ਜਿਵੇਂ ਰੱਬ ਦੇ ਵਿਆਹ ਆਏ ਹੁੰਦੇ ਆ। ਆਹ ਵੇਖੋ ਮੌਜਾਂ ਮਾਣ ਰਹੇ ਆ, ਸਰਕਾਰ ਆਖੀ ਜਾਂਦੀ ਮੋਰਚਾ ਘਟਣ ਡਿਆ, ਮੈਨੂੰ ਨਹੀਂ ਲੱਗਦਾ। ਕਿੱਦਾਂ ਤੁਹਾਨੂੰ ਲੱਗਦਾ ਮੋਰਚਾ ਘਟ ਰਿਹਾ ਬਾਈ? ਹੈ? ਅੱਛਾ, ਜਿਹੜੇ ਸਰਕਾਰ ਇਹ ਦਾਵਾ ਕਰਦੀ ਵੀ ਨਹੀਂ ਜੀ ਉੱਥੇ ਤੇ ਬੰਦੇ ਘੱਟ ਰਹੇ, ਉਹਦਾ ਕੀ ਵੱਧਦੇ ਨੇ ਜੀ? ਅੱਛਾ ਵਧੀਆ। ਆਹ ਦੇਖੋ ਰਹਿਣ ਦਾ ਢੰਗ ਦੇਖੋ, ਆਹ ਵੇਖੋ ਐਂ ਲੱਗਦਾ ਜਿਵੇਂ ਚੌਂਕੇ 'ਚ ਆਏ ਹੁੰਦੇ ਆ, ਆਪਣੀ ਰਸੋਈ 'ਚ ਇਹੋ ਹਾਲ ਹੁੰਦਾ। ਆਹ ਵੇਖੋ ਮੱਗ ਪਏ ਆ, ਇੱਧਰ ਵੇਖੋ ਉਹ ਪੌਣੀ ਤੁਹਾਨੂੰ ਦਿਖੂ ਜੀ, ਪੌਣੀ ਉਹ ਦੇਖੋ, ਉਹ ਖੁਰਪਾ ਵਾ, ਇਹਨਾਂ ਦਾ ਅੱਡ ਸਿਲੰਡਰ ਆ ਬਾਈ, ਉਹ ਪਿਛਲੀ ਟਰਾਲੀਆਂ ਦਾ ਅੱਡ ਸੀਗਾ, ਇਹਨਾਂ ਦਾ ਅੱਡ ਸਿਲੰਡਰ ਆ, ਇਹ ਆਹ ਵੇਖੋ ਬਹਿਣ ਗਾਇਨ ਨੂੰ ਵੀ ਹੈਗਾ, ਇਹਨਾਂ ਟਰੈਕਟਰ ਟਲ ਦੇ ਵਿੱਚ ਆਹ ਅੱਡ ਜਗਾੜ ਬਣਾ ਕੇ ਰੱਖਿਆ, ਅਤੇ ਟਰੈਕਟਰ ਤੋਂ ਹੀ ਬਲਬ ਜਗਾ ਲਿਆ ਬਾਈ। ਅਗਲੇ ਬੰਨੇ ਵੇਖ ਲਓ, ਹੈ ਵਿੱਚ ਬੱਤੀ ਦੇ ਪ੍ਰਬੰਧ, ਆਹ ਦੇਖੋ ਆਹ ਪ੍ਰਬੰਧ ਦੇਖੋ ਬਾਈ, ਜਿਹੜੇ ਕਹਿੰਦੇ ਆਹ ਪੂਰੀ ਟਰਾਲੀ ਭਰੀ ਹੋਈ ਆ ਐਂ ਬਿਸਤਰੇ, ਜਿਵੇਂ ਆਮ ਘਰ ਦੇ ਵਿੱਚ ਸਵੇਰੇ ਸਵੇਰੇ, ਠੀਕ ਹੈ ਜੀ, ਅਤੇ ਬੰਦੇ ਹਜੇ ਉੱਠ ਰਹੇ, ਆਹ ਸੰਗਤ ਆਪਦੀ ਮੌਜ ਨਾਲ ਪਈ ਹੋਈ ਆ। ਅਤੇ ਤੁਸੀਂ ਦੇਖ ਲਓ ਵੀ ਜਿਹੜੇ ਆਹ ਗੱਲਾਂ ਕਰ ਰਹੇ ਆ ਵੀ ਇਹ ਮੋਰਚਾ ਘਟ ਰਿਹਾ, ਆਹ ਦੇਖੋ ਅੱਡ ਅੱਡ ਤਰੀਕੇ ਨੇ। ਆਹ ਇੱਕ ਆ ਕੇ ਨਵਾਂ ਜਗਾੜ ਵੇਖੋ, ਆਹ ਟਰਾਲੀ, ਆਹ ਟਰਾਲੀ ਮੈਂ ਤੁਹਾਨੂੰ ਨੇੜੇ ਵਿਖਾ ਦੇਣਾ, ਆਹ ਟਰਾਲੀ ਆ ਰੱਸੀ ਬੱਧੀ ਆ, ਆਹ ਦੇਖੋ, ਆਹ ਦੇਖੋ ਆਹ ਜਾਲੀ ਵਿੱਚ ਲਾਤੀ ਆ, ਠੀਕ ਆ ਜੀ, ਆਹ ਦੂਜੀ ਟਰਾਲੀ 'ਤੇ ਜਾ ਬੰਨਿਆ, ਇਹ ਆਪੋ ਆਪਣੇ ਜਗਾੜ ਆ ਇੱਥੇ, ਜਿਹੜੇ ਕਹਿੰਦੇ ਮੋਰਚਾ ਘਟ ਰਿਹਾ।
ਤੇ ਬਈ ਚੜ੍ਹਦੀ ਕਲਾ ਵਾ ਆਹ ਵਾ ਆਹ ਬਾਈ ਘੁੰਮਦੇ ਰਹੇ ਭਾਈ ਸਿੰਘ ਇੱਕ ਜਣਾ ਗੱਡੀ ਲਈ ਆਇਓ ਤੋ ਆਹ ਲਗਾਤਾਰ ਮੋਰਚਾ ਦੇਖੋ ਚੜ੍ਹਦੀ ਕਲਾ ਵਿੱਚ ਆ ਤੋ ਅਗਲਾ ਵੇਖੋ ਬੱਲੇ ਬਈ ਬੱਲੇ ਆਪਾਂ ਤਾਂ ਦੇਖੇ ਨਾ ਆਹ ਦੇਖੋ ਤੂੰ ਕਿਆਂ ਡਾਈ ਜਾਓ ਜਰਾ ਆਹ ਵੇਖੋ ਆਹ ਵੱਖਰਾ ਕਿਸਮ ਦੇ ਢਾਰੇ ਬਣ ਰਹੇ ਟਰੈਕਟਰ ਟਰਾਲੀਆਂ ਅੱਡ ਨੇ ਆਹ ਸਮਾਨ ਸਮੂਨ ਤੁਸੀਂ ਦੇਖੋ ਵੀ ਅੰਦਰ ਅੰਦਰ ਵੇਖੋ ਡੱਕੇ ਪਏ ਨੇ ਉਹ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਇਹ ਮੋਰਚਾ ਘੱਟ ਰਿਹਾ ਤੋ ਇਹ ਤੁਹਾਨੂੰ ਮੈਂ ਜਿਹੜਾ ਜਿਹੜਾ ਵਿਖਾ ਲੂੰ ਕਿੰਨਾ ਕੁ ਬਹੁਤ ਲੰਮਾ ਚੌੜਾ ਵਾ ਵਿਸਤਾਰ ਆਹ ਦੇਖੋ ਬਈ ਇੱਧਰ ਤਾਂ ਬਈ ਨਜ਼ਾਰਾ ਅੱਡਾ ਆਹ ਵੇਖੋ ਠੀਕ ਆ ਬਾਈ ਕੀ ਹਾਲ ਕਿੱਥੋਂ ਆਏ ਸੁਨਾਮ ਤੋਂ ਜੀ ਸੁਨਾਮ ਤੋਂ ਹਾਂਜੀ ਉਹ ਮੈਂ ਤਾਂ ਕਹਿ ਰਿਹਾ ਵੀ ਸਰਕਾਰ ਕਹਿੰਦੀ ਆ ਵੀ ਮੋਰਚਾ ਘੱਟ ਰਿਹਾ ਨਹੀਂ ਜੀ ਨਹੀਂ ਬਹੁਤ ਵੱਧ ਰਿਹਾ ਲੋਕਾਂ 'ਚ ਬਹੁਤ ਉਤਸ਼ਾਹ ਹੈ ਇਹੀ ਗੱਲ ਹੈਗੀ ਵੀ ਬਹੁਤ ਲੋਕ ਆ ਰਹੇ ਨੇ ਬਹੁਤ ਜ਼ਿਆਦਾ ਲੋਕ ਜਾ ਰਹੇ ਬਹੁਤ ਲੋਕ ਆ ਰਹੇ ਨੇ ਮੋਰਚਾ ਘੱਟ ਨਹੀਂ ਹੈ ਵੱਧ ਰਿਹਾ ਅੱਛਾ ਆਪਣੀ ਵਾਰੀ ਨਾਲ ਜਾਂਦੇ ਆਉਂਦੇ ਰਹਿੰਦੇ ਆ ਹਾਂਜੀ ਵਾਰੀ ਨਾਲ 5 ਦਿਨਾਂ ਦੀ ਵਾਰੀ ਹੈ 5 ਦਿਨਾਂ ਬਾਅਦ ਆ ਜਾਂਦੇ ਨੇ ਉਨੀ ਉਨੀ ਬਾਈ ਕਿਸੇ ਦੀ 10 ਦਿਨ ਦੀ ਕਿਸੇ ਦੀ 5 ਦਿਨ ਹਾਂਜੀ ਕਿਸੇ ਦੀ 10 ਦਿਨਾਂ ਦੀ ਕਿਸੇ ਦੀ 5 ਦਿਨਾਂ ਦੀ ਸਾਡੇ ਸਲਾਮ ਦੀ 5 ਦਿਨਾਂ ਦੀ ਹੈ ਜੀ ਠੀਕ ਆ ਠੀਕ ਆਹ ਦੇਖ ਲਓ ਵੀ ਆਹ ਵੇਖੋ ਵੀ ਇਹਨਾਂ ਦਾ ਆਹ ਘਰੇ ਵੇਖਿਆ ਹੁੰਦਾ ਨਾ ਆਹ ਦੇਖੋ ਆਹ ਆਹ ਵੇਖੋ ਆਹ ਸਾਈਕਲ ਵੀ ਆ ਗਿਆ ਵੇ ਆਹ ਦੇਖੋ ਆਹ ਨਹੀਂ ਤੁਸੀਂ ਦੇਖਿਆ ਹੋਣਾ ਆਹ ਸਾਈਕਲ ਦੇਖੋ ਜਾਣ ਆਉਣ ਨੂੰ ਨੇੜੇ ਅਸੀਂ ਸਾਈਕਲ ਵੀ ਰੱਖਿਆ ਹੋਇਆ ਔਰ ਕਹਿੰਦੇ ਮੋਰਚਾ ਘਟੀ ਜਾ ਰਿਹਾ ਆਹ ਦੇਖੋ ਆਹ ਗੈਸ ਸਿਲੰਡਰ ਠੀਕ ਆ ਇਹਨਾਂ ਦਾ ਅੱਡਾ ਆਹ ਵੇਖੋ ਵੀ ਸੁੱਚ ਸਿਸਟਮ ਹੀ ਆਪਣਾ ਕਿੱਲੇ ਦੇ ਉੱਤੇ ਤੁਸੀਂ ਦੇਖੇ ਜਗਾੜ ਆ ਦੇਖੋ ਕਿੱਲਾ ਗੱਡਿਆ ਆਪਾਂ ਸੁੱਚ ਸਿਸਟਮ ਆਪਣਾ ਵੱਖਰਾ ਬਣਾਇਆ ਆਹ ਉੱਤੇ ਵੇਖੋ ਪਾਤੀ ਆ ਸੀਮਿੰਟ ਵਾਲੀ ਸੀਟਾਂ ਪੈ ਗਈਆਂ ਉੱਤੇ ਪੱਖਾ ਲੱਗਾ ਹੋਇਆ ਆਹ ਪੱਖਾ ਦੇਖੋ ਇਹ ਘੱਟ ਰਿਹਾ ਹੈ ਜਗਾੜ ਤਾਂ ਇਹੋ ਜਿਹੇ ਬਣ ਗਿਆ ਵੀ ਲੱਗਦਾ ਵੀ ਅਗਲੇ 10-20 ਸਾਲ ਇੱਥੇ ਬੈਠੇ ਰਹਿਣਾ ਆਹ ਜਗਾੜ ਆ ਤਾਂ ਸਰਕਾਰ ਪਤਾ ਨਹੀਂ ਕਿਹੜੇ ਦਾਅਵੇ ਕਰੀ ਜਾਂਦੀ ਆ ਆਹ ਵੇਖੋ ਬਾਪੂ ਨੇ ਆਪਣੀ ਕੁਰਸੀ ਵੀ ਲਿਆਂਦੀ ਆ ਅਤੇ ਟੌਰ ਨਾਲ ਬੈਠੇ ਆ ਠੀਕ ਆ ਚਲਾਈ ਜਾਓ ਇੱਧਰਲੇ ਬਣੇ ਤੁਸੀਂ ਆਹ ਵੇਖੋ ਇਹਨਾਂ ਦਾ ਅੱਡ ਸਿਲੰਡਰ ਆ ਠੀਕ ਆ ਆਪੋ ਆਪਣੇ ਬਈ ਜਗਾੜ ਆ ਪੱਖਾ ਚੱਲਦਾ ਵੇਖੋ ਬਈ ਆਹ ਪੱਖਾ ਚਲਾਇਆ ਪਾਪਾ ਜਿਹੜਾ ਵੇਖੋ ਪੱਖਾ ਲੱਗਾ ਹੋਇਆ ਅੰਦਰ ਆ ਚੱਲ ਰਿਹਾ ਸਾਰੇ ਜਗਾੜ ਹੋ ਗਏ ਆ ਤੋ ਦੇਖ ਸਕਦੇ ਹੋ ਤੁਸੀਂ ਵੀ ਸਾਰਿਆਂ ਨੇ ਆਪੋ ਆਪਣਾ ਜਗਾੜ ਆਪਣੇ ਢੰਗ ਨਾਲ ਅਤੇ ਜਿੰਨੀਆਂ ਟਾਲੀਆਂ ਉਨੇ ਹੀ ਢਾਰੇ ਬਣ ਗਏ ਆ ਲਗਾਤਾਰ ਔਰ ਸਰਕਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਦਾਅਵਾ ਠੋਕਦੀ ਆ ਵੀ ਮੋਰਚਾ ਘੱਟ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਆਹ ਆਹ ਵੱਖਰਾ ਵੇਖੋ ਆਹ ਸੀਨ ਵੱਖਰਾ ਵਾ ਆਹ ਹਰੀ ਜਾਲੀ ਆਹ ਵੀ ਇਹਨਾਂ ਦਾ ਤਾਂ ਕੂਲਰ ਇਹਦੇ ਟੌਰ ਜ਼ਿਆਦਾ ਵਾ ਆਹ ਦੇਖੋ ਆਹ ਕੂਲਰ ਦੇਖੋ ਨੁੱਕਰੇ ਆਹ ਸਿਲੰਡਰ ਦੇਖੋ ਆਹ ਜਗਾੜ ਦੇਖੋ ਆਹ ਇਹਦੇ ਵਿੱਚ ਵੀ ਜਾਲੀ ਲੱਗੀ ਹੋਈ ਆ ਆਹ ਵੇਖੋ ਹੈਂ ਆਖੇ ਮੱਛਰ ਕਿੱਥੇ ਆਜੂਗਾ ਗੱਦੇ ਅੱਡ ਪਏ ਨੇ ਆਹ ਵੇਖੋ ਪੱਖਾ ਪਿਆ ਆਹ ਵੇਖੋ ਕੀ ਕੁਛ ਆ ਜੀ ਖੰਡ ਹੈ ਚਾਹ ਹੈ ਆਟਾ ਹੈ ਜੀ ਆਲੂ ਗੰਢੇ ਟੱਬ ਕੂਲਰ ਦੋ ਪੱਖੇ 5-6 ਮੰਜੇ ਨੇ ਐਨ ਵਧੀਆ ਪਰਿਵਾਰ ਹੈ ਸਾਡਾ ਸਾਰੇ ਬਜ਼ੁਰਗ ਵੀ ਨੇ ਗਾਭਰੂ ਵੀ ਨੇ ਸਾਰੇ ਐਨ ਚੜ੍ਹਦੀ ਕਲਾ 'ਚ ਜੀ ਅੱਛਾ ਜਿਹੜੇ ਉਹ ਮੋਰਚਾ ਕਹਿੰਦੇ ਘੱਟ ਰਿਹਾ ਉਹਨਾਂ ਨੂੰ ਕੋਈ ਕਹੋਗੇ ਨਾ ਜੀ ਮੋਰਚਾ ਕੋਈ ਘਟਿਆ ਨਹੀਂ ਮੋਰਚਾ ਤੋਂ ਵਧੀ ਜਾ ਰਿਹਾ ਅੱਜ ਸਾਡੇ 10 ਬੰਦੇ ਉਹ ਚੋਂ ਹੋਰ ਆ ਰਹੇ ਨੇ ਜੀ ਬਹੁਤ ਵਧੀਆ ਚੱਲ ਰਿਹਾ ਆਹ ਦੇਖ ਲਓ ਵੀ ਆਹ ਇਹਦੇ ਇਹ ਦਿਖਾਇਆ ਹੀ ਜਾਣਾ ਜਿੱਡਾ ਇਹ ਤਾਂ ਕਿਲੋਮੀਟਰਾਂ 'ਚ ਬਾਈ 5-7 ਕਿਲੋਮੀਟਰ ਤਾਂ 3 ਘੰਟੇ 4 ਲੱਗੇ ਰਹੀਏ ਅਤੇ ਫਿਰ ਭਾਵੇਂ ਸਾਰਾ ਦੇਖ ਆਹ ਵੇਖੋ ਆਹ ਵੱਖਰਾ ਜਗਾੜ ਆ ਆਹ ਬਾਈ ਵੱਖਰੇ ਡਟੇ ਹੋਏ ਆ ਦੇਖ ਲਓ ਬਾਈ ਠੀਕ ਆ ਸਤਿ ਸ਼੍ਰੀ ਅਕਾਲ ਜੀ ਆਹ ਦੇਖ ਲਓ ਤੋ ਸਰਕਾਰ ਦੇ ਦਾਅਵੇ ਉਲਟ ਨੇ ਇੱਥੇ ਨਾ ਕੋਈ ਕਿਸੇ ਗੱਲ ਦਾ ਘਾਟਾ ਵਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੋ ਇਹ ਇੰਨਾ ਕੁ ਲੰਮਾ ਵਾ ਵੀ ਇਹਨੂੰ ਵਿਖਾਲਣਾ ਸੌਖਾ ਨਹੀਂ ਹੈਗਾ ਤੁਸੀਂ ਜਿੰਨਾ ਚੱਲੀ ਜਾਓਗੇ ਜਿੰਨਾ ਚੱਲੀ ਮੈਂ ਹਾਲੇ ਜਿੱਥੇ ਮੋਰਚਾ ਵਾ ਉਸ ਮੋਰਚੇ ਤੋਂ 6-7 ਕਿਲੋਮੀਟਰ ਪਿੱਛੇ ਤਾਂ ਹੋਵਾਂਗਾ ਜੀ ਜਿੱਥੇ ਮੈਂ ਤੁਹਾਨੂੰ ਚੀਜ਼ਾਂ ਦਿਖਾ ਰਿਹਾ ਵਾਂ ਠੀਕ ਆ ਆਹ ਦੇਖੋ ਤੋ ਭਾਈ ਡਟੇ ਹੋਏ ਆ ਸਿੰਘ
ਸਰਕਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਪ੍ਰਚਾਰ ਕਰੀ ਜਾਂਦੇ ਆ। ਆਹ ਗੁਰਦਾਸਪੁਰ ਵਾਲੇ ਬਈ, ਠੀਕ ਆ, ਆਇਆ ਬਈ, ਆਹ ਵੇਖੋ ਬਈ ਸਿੰਘ ਕਿੰਨੇ ਬੈਠੇ ਡਟੇ ਹੋਏ, ਆਹ ਦੇਖੋ ਬਈ ਆਪੋ ਆਪਣਾ ਜੁਗਾੜ ਕਰੀ ਬੈਠੇ ਆ, ਆਹ ਵੇਖ ਲਓ ਟਰੈਕਟਰ ਟਾਲੀਆਂ ਡਟੇ ਹੋਏ ਆ। ਸਰਕਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਦਾਵਾ ਕਰੀ ਜਾਂਦੀ ਆ ਵੀ ਮੋਰਚਾ ਘੱਟ ਰਿਹਾ ਹੈਗਾ। ਆਹ ਦੇਖ, ਹਾਂ ਆਹ ਦੇਖੋ ਤੁਹਾਨੂੰ 70 ਫੁੱਟ ਵਾਲੀ ਕੁੱਲੀ ਵੀ ਖਾ ਦੇ ਬਈ। ਅੱਛਾ ਆਹ ਆਹ ਵੱਖਰਾ ਬਈ, ਆਹ ਆਹ ਦਾ ਆਹ ਵੱਖ, ਹਰ ਕੰਮ ਵੱਖਰਾ ਇੱਥੇ। ਆਹ ਦੇਖ ਲਓ ਆਹ ਆਹ ਅੱਡ ਕਿਸਮ ਦਾ, ਆਹ ਦੇਖੋ ਇੱਕ ਮਹਿੰਦਰਾ 275 ਆ ਡੀ ਆਈ, ਇਹ ਅੱਡ ਆ। ਔਰ ਇਹਦੇ 'ਤੇ ਆਹ ਦੇਖ ਲਓ ਆਹ ਕੁੱਲੀ ਅੱਡ, ਇਹ 70 ਫੁੱਟ ਦੀ ਆ, ਇੱਧਰ ਸਿਲੰਡਰ ਆ, ਇੱਧਰ ਟਰੈਕਟਰ ਟਾਲੀ, ਆਹ ਜੁਗਾੜ ਦੇਖੋ, ਆਹ ਵੇਖੋ ਆਹ ਇੱਧਰ ਬਣਿਆ ਹੋਇਆ ਜੁਗਾੜ ਸਾਡਾ, ਆਹ ਇੱਧਰ ਆ, ਆਹ ਕੁਰਸੀਆਂ ਵਿੱਚ ਆ, ਹਾਂਜੀ ਸਿਲੰਡਰ ਵਿੱਚ ਆ, ਆਹ ਕੁਰਸੀਆਂ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਮੇਰੇ ਵੀਰ, ਧੁੱਕੀਆਂ ਡਾ ਦਿਓ, ਇਹ ਕਿਸਾਨਾਂ ਦਾ ਮੋਰਚਾ ਤੁਹਾਡੇ। ਆਹ ਦੇਖੋ ਵਿੱਚ ਪੌਦੇ ਵੀ ਲਾ ਲਿਆ, ਵਾਹ ਬਈ ਵਾਹ, ਆਹ ਤਾਂ ਵੱਖਰੇ ਜੁਗਾੜ ਆ ਗਿਆ। ਆਹ ਵੇਖੋ ਇੱਧਰ ਇੱਕ ਹੋਰ ਪੌਦਾ ਦੇਖ ਲਿਓ, ਆਹ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਮੇਰੇ ਵੀਰ, ਆਹ ਵੇਖੋ ਉਹਦਾ ਟੂਟੀ ਵੀ ਹੈਗੀ ਆਪਣਾ ਜੁਗਾੜ ਆ। ਆਹ ਦੇਖੋ ਆਹ ਬੱਲੇ ਬੱਲੇ, ਵਾਹ ਵੀ ਗੁਰਦਾਸਪੁਰੀ ਵਧੀਆ ਜੁਗਾੜ ਬਣਾਤਾ। ਆਹ ਦੇਖੋ ਬਈ ਇਹ ਸਾਰਾ ਕੁਛ ਸੱਜਿਆ ਹੋਇਆ, ਤੋ ਦੋਵੇਂ ਪਾਸੇ ਟਰੈਕਟਰ ਟਰਾਲੀਆਂ ਲਗਾਤਾਰ, ਬੜੀ ਚੜ੍ਹਦੀ ਕਲਾ ਵਾ। ਔਰ ਜਿਹੜੀ ਸਰਕਾਰ ਕਹਿੰਦੀ ਇੱਥੇ ਘੱਟ ਰਿਹਾ ਮੋਰਚਾ ਬਈ ਵੱਧ ਰਿਹਾ, ਇਹਨੂੰ ਵਿਖਾਊ ਕਿਹੜਾ? ਦੇਖੋ ਇਹ ਲੰਮਾ ਚੌੜਾ ਐਡਾ ਮੋਰਚਾ ਵਾ ਵੀ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਮੇਰੇ ਵੀ, ਜਿਹੜੇ ਬੰਦੇ ਦੇਖ ਰਹੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤਾਂ ਤੁਹਾਨੂੰ ਵਿਖਾ ਲੈਣਾ ਹੀ ਸੀਗਾ ਵੀ ਇਹ ਚੜ੍ਹਦੀ ਕਲਾ ਵਾ, ਇੱਥੇ ਰੌਲਾ ਕੋਈ ਨਹੀਂ ਗਾ, ਅਸੀਂ ਤਾਂ ਚੁੱਪ ਸੀ ਵੀ ਸਰਕਾਰ ਨੂੰ ਇੱਕ ਵਾਰੀ ਰੌਲਾ ਰੂਲਾ ਪਾ ਲੈਣ ਦਿਓ। ਆਹ ਵੇਖੋ ਆਹ ਵੇਖੋ ਸਾਡੇ ਨੌਜਵਾਨ ਡਟੇ ਆ ਬਾਈ, ਆਹ ਵੇਖੋ ਐਂ ਵੇਖੋ ਰਮਾਨ ਨਾਲ ਮੌਜ ਨਾਲ ਮੌਜ ਲੈ ਰਹੇ ਆ ਫੌਜਾਂ, ਡਟੇ ਹੋਏ ਆ ਕਿਸਾਨ ਵਿੱਚ ਬਈ ਲਗਾਤਾਰ। ਇੱਧਰ ਆਹ ਟੈਂਕਰ ਪਾਣੀ ਦਾ ਲੱਗਾ ਹੋਇਆ ਜ਼ਿਲ੍ਹਾ ਗੁਰਦਾਸਪੁਰ, ਆਹ ਦੇਖੋ ਉਹਦੇ 'ਚ ਲਿਖਿਆ ਹੋਇਆ ਦਿੱਲੀ ਅੰਦੋਲਨ 2, ਠੀਕ ਹੈ ਬਈ ਆਪੋ ਆਪਣੇ ਜੁਗਾੜ ਆ। ਆਹ ਲਗਾਤਾਰ ਤੁਸੀਂ, ਹਾਂ ਉੱਤੋਂ ਦੀ ਲੈ ਆਓ ਮੇਰੇ ਖੇਤ ਬੰਦ ਆ। ਔਰ ਆਹ ਦੇਖ ਲਓ ਕਿਤੇ ਤੁਸੀਂ ਦੇਖੋ ਦੋਵੇਂ ਪਾਸੇ ਨਾ ਸਿੰਘਾਂ ਦੀ ਘਾਟ ਆ ਨਾ ਟਰੈਕਟਰ ਟਾਲੀਆਂ ਦੀ ਘਾਟ ਆ, ਠੀਕ ਆ ਜੀ। ਕੀ ਹਾਲ ਬਈ ਸਿੰਘੋ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਨੱਪ ਦਿਓ, ਧੁੱਕੀ ਡਾ ਦਿਓ, ਜਿਹੜਾ ਸ਼ੇਅਰ ਕਰ ਦਿਓ। ਆਹ ਦੇਖੋ ਬਈ ਆਹ ਵੱਖਰਾ ਹੀ ਕੰਮ ਹੈ, ਆਹ 2 ਟਰਾਲੀਆਂ ਜੋੜੀਆਂ ਇਹਨਾਂ ਨੇ, ਇੱਕ ਇੱਧਰ ਆ ਇੱਕ ਇੱਧਰ ਆ, ਅਤੇ ਵਿੱਚ ਪਰਦਾ ਕੀਤਾ ਹੋਇਆ, ਠੀਕ ਆ। ਆਹ ਦੇਖ ਲਓ ਜ਼ਿਲ੍ਹਾ ਗੁਰਦਾਸਪੁਰ, ਆਹ ਦੇਖ ਲਓ ਜ਼ਿਲ੍ਹਾ ਗੁਰਦਾਸਪੁਰ ਇੱਥੇ ਲੱਗਾ, ਆਹ ਵੇਖੋ ਵੱਖਰਾ ਸਿਸਟਮ ਆ, ਹਾਂਜੀ ਆਹ ਦੇਖ ਲਓ 2 ਟਰੈਕਟ। ਇੱਥੇ ਤਾਂ ਬਈ ਰਸਤਾ ਹੀ ਨਹੀਂ ਹੈਗਾ ਅਗਲੇ ਬੰਨੇ, ਬੜਾ ਔਖਾ। ਆਹ ਵੇਖੋ ਆਹ ਵੱਖਰਾ ਐਂ ਲਾਈਆਂ ਗੀਆਂ ਟੱਲੀਆਂ ਬਣਾ ਕੇ ਬਾਈ, ਠੀਕ ਆ। ਇੱਧਰ ਬਈ ਆ ਅੱਡ ਜੁਗਾੜ ਆ, ਆਹ ਵੇਖੋ ਵੀ ਆਹ ਵੱਖਰੇ ਜੁਗਾੜ ਆ। ਆਹ ਦੇਖ ਲਓ ਬਾਈ ਆਉਂਦੇ ਘੱਟ ਰਿਹਾ ਮੋਰਚਾ, ਆਹ ਦੇਖੋ ਵੀ ਆਪੇ ਕਿਸਾਨ ਲਾ ਦਿਓ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਧੁੱਕੀਆਂ ਡਾ ਦਿਓ। ਆਲੇ ਇਹਦੇ ਤਾਂ ਆਪਾਂ ਪਲਾਨ ਹੀ ਬੜਾ ਤਕੜਾ ਵਾ, ਐਂ ਉੱਤੇ ਜਗਾ ਕੇ ਬਾਂਸ ਲਾ ਕੇ ਜੁਗਾੜ ਬਣਾਇਆ ਹੋਇਆ, ਜਿਹੜੇ ਕਹਿੰਦੇ ਇਹ ਘੱਟ ਰਿਹਾ ਵਾ। ਸੋ ਇਸ ਕਰਕੇ ਬਈ ਵੱਧ ਤੋਂ ਵੱਧ ਅੱਜ ਮੋੜਾ ਮੰਡੀ ਜਿਹੜੀ ਆ, ਸਤਿ ਸ਼੍ਰੀ ਅਕਾਲ ਜੀ, ਰੈਲੀ ਆ ਆਪਣੀ ਬਹੁਤ ਵੱਡੀ ਜਿਹੜੀ ਸ਼ਹੀਦ ਸ਼ੁਭਕਰਨ ਸਿੰਘ ਦੀ ਯਾਦ ਵਿੱਚ ਹੋਣੀ ਆ ਸਾਰੇ ਹੀ। ਔਰ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ, ਆਹ ਦੇਖੋ ਵੀ ਆਹ ਤਾਂ ਵੱਖਰਾ ਜੁਗਾੜ ਲੱਗ ਕੇ ਬੈਠੇ ਆ, ਬੱਲੇ ਬੱਲੇ ਵੀ ਸਤਿ ਸ਼੍ਰੀ ਅਕਾਲ ਬਈ, ਸਤਿ ਸ਼੍ਰੀ ਅਕਾਲ। ਆਹ ਦੇਖੋ ਜੁਗਾੜ ਬਈ, ਆਹ ਦੇਖੋ ਕਿੱਦਾਂ, ਆਹ ਦੇਖੋ ਪੱਖੇ ਬਈ ਵੱਖਰੇ ਆਏ ਆ। ਆਹ ਦੇਖੋ ਬਈ ਆਉਂਦੇ ਇਹ ਜੇ ਮੋਰਚਾ ਘੱਟ ਰਿਹਾ, ਵੇਖ ਲਓ ਲਾ ਦਿਓ, ਸ਼ੇਅਰ ਕਰ ਦਿਓ, ਬਸ ਬਸ ਠੀਕ ਆ। ਤੁਸੀਂ ਸੇਵਾ ਕਰ ਰਹੇ ਕਿੱਥੋਂ ਸਰਦਾਰ ਜੀ? ਇਹ ਸੁਣ ਲਓ ਜੀ, ਇੱਧਰ ਆ ਜਾਓ, ਠੀਕ ਹੈ ਠੀਕ ਹੈ, ਆਓ
ਨਾਂ ਦੱਸਿਓ ਆਪਦਾ। ਬਲਦੇਵ ਸਿੰਘ। ਬਲਦੇਵ ਸਿੰਘ ਜੀ, ਪਿੰਡ ਕਿਹੜਾ? ਸੁੰਡਲ ਜੀ। ਸੁੰਡਲ ਤੇ ਜ਼ਿਲ੍ਹਾ? ਗੁਰਦਾਸਪੁਰ। ਗੁਰਦਾਸਪੁਰ। ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਨੇ, ਇਹਨਾਂ ਨੇ ਆਹ ਜੀ ਸੇਵਾ ਲੁੱਟੀ। ਆਹ ਦੇਖ ਲਓ, ਦੇਖੋ ਇੱਥੇ ਸੇਵਾ ਕਰਨ ਵਾਲੇ ਦੀ ਘਾਟ। ਆਹ ਦੇਖੋ ਪੱਖੇ ਮੈਂ ਤੁਹਾਨੂੰ ਵਿਖਾਲਦਾ, ਆਹ ਪੱਖੇ ਵੀਰ ਬਣਾ ਰਹੇ ਆ, ਔਰ ਜਿਹੜੀ ਇੱਥੇ ਗਰਮੀ ਵਾਸਤੇ ਇਹ ਸੇਵਾ ਕਰ ਰਹੇ ਨੇ, ਜਥੇਬੰਦੀਆਂ ਨਾਲ ਆਏ ਹੋਏ ਆ, ਨਾਲੇ ਸੇਵਾ ਕਰ ਰਹੇ। ਇਹੋ ਜਿਹੇ ਬੰਦੇ ਲੱਭਣੇ ਆ, ਬਹੁਤ ਘੱਟ ਲੱਭਦੇ। ਤੋਂ ਭਰਾਓ ਇੱਥੇ ਮੋਰਚਾ ਵੱਧ ਰਿਹਾ ਵਾ, ਮੋਰਚਾ ਘੱਟ ਨਹੀਂ ਰਿਹਾ ਹੈਗਾ। ਤੋ ਸਰਕਾਰ ਜਿਹੜੇ ਆਪਦੇ ਸਾ, ਆਹ ਤਿੰਨ ਟਰਾਲੀਆਂ, ਆਹ ਤੁਸੀਂ ਸੜਕ ਦੇਖੋ, ਜਦੋਂ ਮੈਂ ਸੜਕ ਆ, ਆਹ ਦੋ ਇਕੱਠੀਆਂ ਜੋੜੀਆਂ ਬਾਈ, ਇੱਧਰ ਦੋ, ਇੱਧਰ ਇੱਕ ਵੱਖਰੀ ਟੇਢੀ ਕਰਕੇ ਲਾਈ ਆ, ਇੱਧਰ ਇੱਕ ਵੱਖਰੀ ਆ। ਇੱਥੇ ਤਾਂ ਸੜਕ ਦੀ ਸੜਕ ਪੰਜ ਪੰਜ ਤਾਂ ਇੱਟ ਟਰਾਲੀਆਂ ਖੜ੍ਹੇ ਆ। ਔਰ ਤੁਕੀਆਂ ਡਾ ਦਿਓ ਮੇਰੇ ਵਾਰ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਬੰਦਾ 500-600 ਵੇਖਣਾ ਚਾਹੀਦਾ। ਆਹ ਵੇਖ ਲਓ, ਆਹ ਵੇਖ ਲਓ ਗਿਣਤੀ ਕਿਵੇਂ ਆ ਰਹੀ ਆ। ਤੋ ਜਿਹੜੇ ਦਾਅਵੇ ਕਰਦੇ ਆ ਵੀ ਮੋਰਚਾ ਕਮਜ਼ੋਰ ਹੋ ਰਿਹਾ, ਉਹਨਾਂ ਵਾਸਤੇ ਸੀ ਵੀ ਤੁਹਾਨੂੰ ਦਿਖਾ ਦਿੰਦੇ ਵੀ ਮੋਰਚਾ ਚੜ੍ਹਦੀ ਕਲਾ। ਆਹ ਵੇਖੋ, ਆਹ ਵੱਡੀ ਮਹਿਫਲ ਇੱਧਰੋਂ ਉੱਠ ਕੇ ਗਏ ਆ। ਵਾਹ ਵਾਹ ਬਈ ਵਾਹ, ਐਂ ਬਈ ਇੱਥੇ ਚਰਚਾ ਹੁੰਦੀ ਆ। ਠੀਕ ਆ, ਇੱਧਰ ਦੇਖ ਲਓ, ਆਹ ਲਗਾਤਾਰ ਬਈ ਆਪੋ ਆਪਣੀ ਜਥੇਬੰਦੀ ਦੇ ਜਿਹੜੇ ਨਿਸ਼ਾਨ ਆ ਉਹ ਝੂਲ ਰਹੇ ਆ। ਠੀਕ ਹੈ ਜੀ, ਔਰ ਵੱਧ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਮੇਰੇ ਵੀਰ, ਹੌਸਲਾ ਸਾਈ ਇਹਨਾਂ ਕਿਸਾਨਾਂ ਮਜ਼ਦੂਰਾਂ ਦੀ, ਔਰ ਪਰਲੀ 'ਤੇ ਵੀ ਲੇਨ 'ਤੇ ਵੀ ਹੈਗਾ ਲਗਾਤਾਰ। ਇਹ ਤਾਂ ਮੋਰਚਾ ਐਡਾ ਵੱਡਾ ਵੀ ਦੋ, ਬਸ ਇਹਨੂੰ 2-4 ਦਿਨਾਂ 'ਚ ਵਿਖਾਲਿਆ ਜਾ ਸਕਦਾ, ਇੱਕ ਦਿਨ 'ਚ ਨਹੀਂ ਵਿਖਾਲਿਆ ਜਾ ਸਕਦਾ। ਆਹ ਵੇਖੋ ਵੀ ਆਪਦੀ ਗੱਡੀ ਨਾਲ ਜੋੜੀ ਹੋਈ ਆ, ਇੱਥੇ 2-3 ਚੈਕਟ ਟਰਾਲੀਆਂ। ਆਹ ਵੇਖੋ ਮੰਜੇ, ਹੈਂ ਜਿਵੇਂ ਘਰ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਇਲਾਕਾ ਅੰਮ੍ਰਿਤਸਰ ਵਰਿਆਮ ਨੰਗਲ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਿਆਮ ਨੰਗਲ ਤੋਂ ਜੀ। ਵਰਿਆਮ ਨੰਗਲ? ਹਾਂ ਬਈ, ਵਰਿਆਮ ਵਾਲੇ ਡਟੇ ਆ ਬਈ। ਹੋਰ ਸਭ ਠੀਕ ਠਾਕ ਆ, ਜਿੰਨਾ ਚਿਰ ਇੱਥੇ ਵੀ ਨਹੀਂ ਕੋਈ ਨਿਬੜਦਾ ਉਹਨਾਂ ਚਿਰ ਇੱਥੇ ਬੈਠੇ ਰਹਾਂਗੇ, ਬਾਕੀ ਮੋਦੀ ਨੂੰ ਕੋਈ ਨਾ ਕੋਈ ਸਿਖਾ ਕੇ ਜਾਵਾਂਗੇ, ਉਸ ਤਰ੍ਹਾਂ ਵਾਪਸ ਨਹੀਂ ਮੁੜਦੇ। ਉਹ ਕਈ ਆਂਦੇ ਮੋਦੀ ਕੱਬਾ ਬੜਾ, ਇਹਨੇ ਮੰਨਦਾ ਨਹੀਂ ਗਾ। ਕੱਬਾ ਉਹਦੀ ਮਾਂ ਵੀ ਮੰਨੂਗੀ, ਉਹਦਾ ਪਿਓ ਵੀ ਮੰਨੂਗਾ, ਜਿੰਨਾ ਜਨਮ ਦਿੱਤਾ ਇਹ। ਅੱਛਾ, ਇਹਦੇ ਡਾਨੀਆਂ ਵਾਨੀਆਂ ਦਾ ਪਾ ਲਿਆ, ਆਪ ਥੋੜਾ ਭਲਿਆ ਚਾਹ ਬਣਾਉਂਦਾ ਆ ਗਿਆ ਇਹ। ਅੱਛਾ ਹਾਂ, ਜਦੋਂ ਭਾਂਡੇ ਬਾਅਦ ਦੁਬਾਰਾ ਧੋਣੇ ਪਏ, ਫਿਰ ਪਤਾ ਲੱਗੂਗਾ ਵੀ ਕੀ ਆ ਨਿਬੜਦੀ ਹੈ ਕਿਸਾਨਾਂ ਦੇ ਨਾਲ। ਅੱਛਾ ਹਾਂ, ਇਹ ਗੱਲਾਂ ਕਰਕੇ ਅਸੀਂ। ਹਾਂ ਬਾਈ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਜੋਨ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਨਮਿਤ ਪ੍ਰਧਾਨ ਹਾਂ। ਅਸੀਂ ਜਿਉਂ 11 ਤਰੀਕ ਤੋਂ ਚੱਲੇ ਘਰੋਂ, ਅੱਜ ਪਹਿਲੀ ਵਾਰ ਚੱਲੇ ਹਾਂ ਪਿੰਡ, ਮੈਂ ਇੱਕ ਹਫ਼ਤੇ ਵਾਸਤੇ ਉਹਨਾਂ ਉਦੋਂ ਦੇ ਇੱਥੇ ਡਟੇ ਹਾਂ। ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੁੰਦਾ, ਟਹਿਲੀ ਇੱਥੇ ਰਹੂਗੇ, ਇੱਥੇ ਰਹਾਂਗੇ। ਕਣਕਾਂ ਕੁਣਕਾਂ ਦੀ ਕੋਈ ਪਰਵਾਹ ਨਹੀਂ, ਆਪੇ ਮਗਰ ਬੰਦਿਆਂ ਅੱਗੇ ਸਾਂਭੀ ਜਾਣਗੀਆਂ, ਥੋੜ੍ਹੀਆਂ ਵੀ ਹੋ ਜਾਣਗੀਆਂ, ਅਤੇ ਮੁੜ ਕੇ ਬਿਲਕੁਲ ਨਹੀਂ ਕਿੱਥੋਂ ਲਵਾਂ, ਮੁੜ ਕੇ ਬੀਜਾਂ ਨਹੀਂ ਕਰਨੀਆਂ ਅਸੀਂ, ਫਿਰ ਕਿੰਨੇ ਸਾਂਭਣੀਆਂ ਨੇ। ਅਸੀਂ ਪੂਰੇ ਜੋਸ਼ ਨਾਲ ਡਟੇ ਹਾਂ, ਡਾਕ ਜਿਹੜੇ ਪਿੰਡ ਸੁੱਤੇ ਆ ਉਹਨਾਂ ਨੂੰ ਜਗਾਉਣ ਵਾਸਤੇ ਚੱਲੇ ਹਾਂ ਵੀ ਭਰਾਓ ਚੱਲੋ, ਬਹੁਤਾਂ ਨੇ ਇੱਕ ਹਫ਼ਤਾ ਲਾਓ ਅਤੇ ਉੱਥੇ ਸੰਘਰਸ਼ ਨਹੀਂ ਤਾਕ ਨੂੰ ਵਧਾਓ। ਮੋਦੀ ਨਹੀਂ ਮੰਨਦਾ, ਮੋਦੀ ਵਰਗਾ ਕਈ ਇੰਦਰਾ ਤੋਂ ਵੱਧ ਜਾਲਮ ਸੀ, ਉਹ ਮੰਨ ਗਈ, ਮੋਦੀ ਮੰਨੂਗਾ, ਮੋਦੀ ਸਾਡੇ ਕਾਨੂੰਨ ਮੰਨੂਗਾ। ਬਸ ਮਹੀਨਾ ਸਾਨੂੰ ਬਹਿਣਾ ਪੈਣਾ, 2 ਮਹੀਨੇ ਬਾਅਦ ਜਿਹੜੇ ਜੂਨ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ। ਵਾਹਿਗੁਰੂ ਜੀ ਖਾਲਸਾ। ਧੰਨਵਾਦ ਜੀ, ਤੁਸੀਂ ਜਜ਼ਬੇ ਵੇਖ ਲਓ ਬੰਦਿਆਂ ਦੇ ਵੀ ਕਿਵੇਂ ਆ, ਅਤੇ ਆਹ ਜਾਓ ਜੀ ਮਹਾਰਾਜ, ਆਹ ਦੇਖੋ, ਆਹ ਦੇਖੋ। ਅਸੀਂ ਵੀ ਨਾ ਜਿਹੜੇ ਇੱਥੇ ਪਾਣੀ ਆਉਂਦਾ ਵਾ, ਅਤੇ ਆਹ ਵੇਖੋ ਆਪਣਾ ਜਗਾੜ ਬਣਾ ਲਿਆ, ਅਤੇ ਪਾਣੀ ਵਾਲੀਆਂ ਬੋਤਲਾਂ ਵੀ ਬੜੇ ਹਿਸਾਬ ਨਾਲ ਸਾਡੇ ਕਿਸਾਨ ਸਾਂਭਦੇ ਆ। ਠੀਕ ਆ, ਪਾਣੀ ਵਾਲੀਆਂ ਬੋਤਲਾਂ ਵੀ ਸਾਂਭ ਲਈਆਂ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਧੁੱਕਿਆਂ ਡਾ ਦਿਓ ਮੇਰੇ ਵੀਰ। ਆਹ ਦੇਖੋ ਆਪਣਾ ਚੌਂਕਾ ਚੁੱਲ੍ਹਾ ਬਲ ਕੇ ਅਤੇ ਆਪਣੀਆਂ ਬੋਤਲਾਂ ਲਾ ਲਈਆਂ। ਹਾਂਜੀ, ਪ੍ਰਬੰਧ ਅੱਡ ਅੱਡ ਨੇ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ, ਵੱਧ ਤੋਂ ਵੱਧ। ਆ ਤੁਹਾਨੂੰ ਦਿਖਾਉਣਾ ਜਗਾੜ, ਜਿਹੜੇ ਕਹਿੰਦੇ ਮੋਰਚਾ ਘੱਟ ਰਿਹਾ ਹੈ। ਆਹ ਦੇਖੋ, ਇੱਥੇ ਤਾਂ ਪਤਾ ਨਹੀਂ ਲੰਘਾਂ ਕਿ ਕਹਿੰਦਾ ਨਹੀਂ ਗਲੀਆਂ। ਇੱਕ ਆਹ ਟਰਾਲੀ ਆ, ਇੱਧਰ ਟਰੈਕਟਰ ਆ, ਇੱਧਰ ਬਾਈ ਕੁਰਸੀਆਂ ਵਾ, ਉਹ ਟਰਾਲੀ ਆ,
ਵਿੱਚ ਬਈ ਜਾਲੀ ਲੱਗੀ ਹੋਈ ਆ, ਇੱਧਰ ਆ ਟਿਕਟ ਟਾਲੀਆਂ ਨੇ, ਅੱਡੋ ਅੱਡ ਰੰਗ ਹਰੇਕ ਜਥੇਬੰਦੀ ਦਾ। ਇਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿਖਿਆ BKU ਆਜ਼ਾਦ ਵਾਲਿਆਂ ਦੀ ਬਈ, ਠੀਕ ਆ। ਆਹ ਦੇਖੋ, ਠੀਕ ਆ, ਆਹ ਦੇਖੋ, ਇਹ ਵਿੱਚ ਦੋ ਟਰੈਕਟਰ ਟਾਲੀਆਂ ਵਿੱਚ ਡਟੇ ਹੋਏ ਆ, ਠੀਕ ਆ ਜੀ। ਆਹ ਵਿੱਚ ਇਹਦੇ ਵਿੱਚ ਹੁਣ ਗਲੀਆਂ ਨਾਲੀਆਂ ਨੇ ਬਈ। ਆਹ ਬਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦੀ ਇਹ ਲਗਾਤਾਰ ਤੁਸੀਂ ਦੇਖ ਲਓ। ਸਾ ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਚਾਲ ਆ? ਬਹੁਤ ਵਧੀਆ, ਤੁਹਾਡੀ ਜੀ? ਕਿਹੜਾ ਲੱਗ ਰਿਹਾ? ਪੰਜ ਕਰਾਈਆਂ ਜੀ। ਪੰਜ ਕਰਾਈਆਂ ਗੁਰਦਾਸਪੁਰ ਜ਼ਿਲ੍ਹਾ? ਹਾਂਜੀ। ਵਧੀਆ ਵਧੀਆ ਵਧੀਆ, ਠੀਕ ਆ ਬਈ, ਠੀਕ ਆ। ਗੁਰਦਾਸਪੁਰ ਹੀ ਆਹ ਇੱਧਰ ਵੱਖਰੀ ਸ਼ਾਨ ਬਣਾ ਲਈ ਆ। ਆਹ ਵੇਖੋ ਅੱਡ ਅੱਡ ਤਰੀਕੇ ਨੇ ਬਈ, ਠੀਕ ਆ। ਤੋ ਅੱਜ ਵਿਖਾ ਰਹੇ ਜਿਹੜਿਆਂ ਦੇ ਮੋਰਚਾ ਘੱਟ ਰਿਹਾ, ਮੋਰਚਾ ਘੱਟ ਰਿਹਾ ਕਿ ਆਹ ਵੇਖੋ ਇੱਕ ਵੱਖਰੀ ਹੈ ਕਿਸਮ ਦੀ ਗਲੀ ਥਾਣੀ ਨਿਕਾਉਂਦੇ ਤੁਹਾਨੂੰ। ਆਹ ਦੇਖੋ ਦੋਵੇਂ ਪਾਸੇ ਆਹ ਬੱਲੇ ਬਈ ਬੱਲੇ, ਆਹ ਬਈ ਡੱਦ ਤੋਂ ਵੱਧ ਸ਼ੇਅਰ ਕਰ ਦਿਓ, ਬੰਦਾ ਹਜ਼ਾਰ ਵਹਿੰਦਾ ਹੋਵੇ। ਧੁੱਕੀਆਂ ਡਾ ਦਿਓ ਜ਼ਰਾ, ਅਰੇ ਪਵਖਾ ਦਈਏ ਮੋਰਚਾ ਕਿੰਨਾ ਵਧੀਆ। ਸੋ ਤੁਸੀਂ ਦੇਖ ਲਓ, ਆਹ ਵੇਖੋ, ਠੀਕ ਆ, ਲਗਾਤਾਰ ਟਰੈਕਟਰ ਟਾਲੀਆਂ, ਠੀਕ ਆ, ਹਜ਼ਾਰਾਂ ਟਰੈਕਟਰ ਟਾਲੀਆਂ ਇੱਥੇ। ਆਹ ਦੇਖੋ, ਆਹ ਦੇਖ ਲਓ, ਠੀਕ ਆ, ਆਹ ਵੇਖੋ ਵੱਖਰੀ ਕਿਸਮ ਦਾ ਬੈੱਡ ਬਣਿਆ ਹੋਇਆ ਇਹਨਾਂ ਦਾ। ਖਾਲਸਾ ਵਾਹਿਗੁਰੂ ਜੀ ਕੀ। ਆਹ ਵੇਖੋ ਇਹਨਾਂ ਨੇ 2 ਫੁੱਟ ਉੱਚਾ ਬੈੱਡ ਆਪਣਾ ਵੱਖਰਾ ਹੀ ਬਣਾਇਆ ਹੋਇਆ ਵਾ। ਆਂਦੇ ਇਹ ਘੱਟ ਰਿਹਾ ਹੈ ਮੋਰਚਾ, ਹੈ ਆਹ ਦੇਖ ਲਓ, ਆਹ ਲਗਾਤਾਰ ਮੋਰਚਾ ਵੱਧ ਰਿਹਾ। ਆਹ ਦੇਖੋ, ਆਹ ਏਕਲ ਗੱਡਾ, ਇਹ ਜ਼ਿਲ੍ਹਾ ਤਰਨ ਤਾਰਨ ਵਾਲਿਆਂ ਦੇ ਬਈ ਟਰੈਕਟਰ ਟਾਲੀਆਂ ਨੇ। ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ, ਵੱਧ ਤੋਂ ਵੱਧ ਸ਼ੇਅਰ। ਵਾਹਿਗੁਰੂ ਜੀ ਕਾ ਖਾਲਸਾ ਬਈ, ਠੱਠੇ ਵਾਲੇ ਬਈ, ਕੀ ਹਾਲ ਚਾਲ ਆ? ਆਹ ਦੇਖੋ, ਆਹ ਦੇਖੋ, ਤੁਸੀਂ ਜਗਾੜ ਵੇਖੀ ਜਾਓ, ਆਹ ਵਿੱਚ ਲੰਗਰ ਬਈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰਕਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹੀ ਜਾਂਦੀ ਮੋਰਚਾ ਕੱਟ ਰਿਹਾ। ਆਹ ਦੇਖੋ ਵਿੱਚੇ ਲੰਗਰ ਆ, ਵਿੱਚੇ ਸਰਕਾਰ ਦੀ 5 ਬ੍ਰਿਗੇਡ ਵਾਲੀ ਖਲੋ ਖੜੀ ਹੋਈ ਆ, ਠੀਕ ਆ ਜੀ। ਆਹ ਕ੍ਰਾਂਤੀਕਾਰੀ ਕਿਸਾਨ ਜੀ ਨੇ ਪਟਿਆਲਾ ਜ਼ਿਲ੍ਹਾ ਬਈ, ਆਹ ਬਈ, ਆਹ ਦੇਖੋ ਬਈ, ਆਹ ਕ੍ਰਾਂਤੀਕਾਰੀ ਵਾਲਿਆਂ ਦੇ ਬਈ ਯੋਧੇ ਆ। ਆਹ ਦੇਖ ਲਓ ਇੱਧਰ ਲੰਗਰ ਚੱਲਣ ਡਿਆ ਵਾ, ਠੀਕ ਆ। ਸਰਕਾਰ ਆਖੀ ਜਾਂਦੀ ਇਹ ਮੋਰਚਾ ਘੱਟ ਰਿਹਾ ਵਾ, ਇਹਨੂੰ ਬਖਾਲਣ ਲੱਗਿਆ। 3 ਦਿਨ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਆਹ ਦੇਖੋ, ਆਹ ਲੰਗਰ ਪਾਣੀ ਚੱਲ ਰਿਹਾ ਵੇ, ਲੰਗਰ ਵਾਲਿਆਂ ਨਾਲ ਗੱਲ ਕਰਦੇ। ਹਾਂਜੀ, ਨਾਂ ਕੀ ਹੈ ਸਰਦਾਰ ਸਾਹਿਬ? ਅੱਛਾ ਅੱਛਾ, ਆਓ ਜੀ, ਆਓ ਬਈ, ਇੱਧਰ ਕਰ ਲੈਂਦੇ। ਹਾਂ ਬਾਈ, ਕਿੱਥੋਂ? ਘਨੌਰ ਤੋਂ ਜੀ। ਘਨੌਰ ਤੋਂ? ਹਾਂਜੀ, ਸਾਡਾ ਲੰਗਰ ਕਰਾਤੀ ਕਿਸਾਨ ਜੀ ਪੰਜਾਬ। ਅੱਛਾ, ਸਾਡਾ ਲੰਗਰ ਇੱਕ ਨਾ ਉਹਦੇ ਬਲਾਕ ਦਾ। ਆਹ ਦੇਖੋ ਵੀ ਇਹਨਾਂ ਦੇ ਬਲਾਕ ਦਾ, ਆਹ ਦੇਖੋ ਜੀ ਪ੍ਰਸ਼ਾਦੇ ਲੱਥ ਰਹੇ ਬਈ। ਵਾਹ ਬਈ ਵਾਹ, ਆਹ ਦੇਖ ਲਓ ਤਾਂ ਬਿਲਕੁਲ ਤਾਜ਼ਾ ਤਾਜ਼ਾ। ਆਹ ਦੇਖੋ ਨੌਜਵਾਨ ਆ ਬਈ, ਠੀਕ ਆ ਜੀ, ਘਨੌਰ ਵਾਲਿਆਂ ਦਾ ਲੰਗਰ ਆ। ਇੱਧਰਲੇ ਪਾਸੇ ਦੇਖ ਲਓ, ਆਹ ਦੇਖੋ, ਆਹ ਪੱਖੇ, ਆਹ ਵੇਖੋ ਵਧੀਆ ਜਗਾੜ ਆ, ਫਰਿੱਜ ਆ ਗਈ ਆ ਬਈ। ਆਹ ਦੇਖੋ, ਆਹ ਵੇਖ ਲਓ ਫਰਿੱਜ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲੈ ਜਾਓ ਨੱਪ ਕੇ, ਠੀਕ ਆ। ਆਹ ਵੇਖੋ ਪੂਰਾ ਅਗਲੇ ਪਾਸੇ ਦੇਖੋ, ਇਹ ਕਹਿੰਦੇ ਇਹ ਮੋਰਚਾ ਅੱਗੇ ਜਗਾੜ ਹੋ ਰਿਹਾ ਬਈ। ਆਹ ਦੇਖੋ, ਆਹ ਕਮਰਾ ਬਣਾ ਕੇ ਸਟੋਰ ਦੇਖੋ ਲੰਗਰ ਵਾਲਿਆਂ ਦਾ, ਠੀਕ ਆ, ਸਾਰਾ ਜਗਾੜ ਆ। ਕਿਹੜੇ ਕਹਿ ਰਹੇ ਮੋਰਚਾ ਘੱਟ ਰਿਹਾ, ਮੋਰਚਾ ਵੱਧ ਰਿਹਾ? ਆਹ ਬਈ ਠੱਠੇ ਵਾਲੇ ਆਏ ਹੋਏ ਆ। ਕਦੋਂ ਦੇ ਆਏ ਜੀ ਮਹਾਰਾਜ? ਇਹ 11 ਤਰੀਕ ਦੇ ਘਰੋਂ ਤੁਰੇ ਆ ਜੀ। ਅੱਛਾ ਅੱਛਾ, ਹਾਂਜੀ। ਤੇ ਜਿਹੜੇ ਸਰਕਾਰ ਕਹਿ ਰਹੀ ਮੋਰਚਾ ਹੈ ਘੱਟ ਰਿਹਾ ਵਾ, ਤੇ ਉਦੋਂ ਦੇ ਇੱਥੇ ਹੀ ਆ। ਅੱਛਾ, ਜਾਵਾਂਗੇ ਨਿਬੇੜ ਕੇ ਹੀ ਕੰਮ। ਅੱਛਾ, ਪਹਿਲਾਂ ਨਹੀਂ ਜਾਂਦੇ? ਉਹ ਆਂਦੇ ਮੋਦੀ ਜਾਂਦਾ ਮੰਨਦਾ ਨਹੀਂ ਕਿਸੇ ਕੋ, ਤੇ ਮਨਾ ਕੇ ਜਾਵਾਂਗੇ, ਮਨਾ ਕੇ ਜਾਵਾਂਗੇ। ਅੱਛਾ, ਹਾਂਜੀ, ਵੇਖ ਲਓ ਵਲਵਲੇ ਆ ਪੋਪਣੇ, ਆਹ ਨੌਜਵਾਨ ਵੇਖੋ, ਯੂਥ, ਠੀਕ ਆ। ਆਹ ਵੇਖੋ ਇੱਧਰ ਵਾਧੂ ਆ ਬਾਈ, ਚੜ੍ਹਦੀ ਕਲਾ ਵਾ। ਦੇਖੋ ਜਿਹੜੀ ਸਰਕਾਰ ਦੇ ਦਾਅਵੇ, ਇਹਨੂੰ ਤਾਂ ਬਖਾਲਣ ਲੱਗਿਆ ਵੀ 2 ਦਿਨ ਲੱਗਣੇ ਹੈਗੇ ਆ। ਸੋ ਤੁਸੀਂ ਦੇਖੋ ਆਹ ਲਗਾਤਾਰ ਭਾਈ, ਆਹ ਇੱਥੇ ਤਾਂ ਪਤਾ ਲੱਗਦਾ ਨੰਗੇ ਕਹਿੰਦੇ ਨਹੀਂ ਹੁਣ। ਆਹ ਦੇਖੋ ਬਈ, ਐਂ ਪੂਰੀ ਸੜਕ ਦੇ ਵਿੱਚ ਟਰੈਕਟਰ ਹੀ ਟਰੈਕਟਰ। ਆਹ ਦੇਖੋ ਘਰ ਆ ਕਿਸਾਨਾਂ ਦੇ, ਆਹ ਦੇਖੋ ਆਹ ਜਗਾੜ ਬਣਿਆ ਹੋਇਆ, ਰਾਹ ਵੀ ਮੁੜ ਕੇ ਆਪੇ ਵਿੱਚ ਬਣਾ ਬਣੂ ਦਿੰਦੇ ਆ, ਠੀਕ ਆ ਜੀ।
ਆਹ ਦੇਖੋ ਕਿਤੇ ਖਲੋਣਾ ਨਹੀਂ ਪੈਂਦਾ, ਟਰੈਕਟਰ ਹੀ ਟਰੈਕਟਰ, ਠੀਕ ਹੈ। ਜਿੱਧਰ ਤੁਸੀਂ ਦੇਖੋਗੇ ਅਗਲੇ ਬੰਨੇ ਫਿਰ ਘਰ ਬਣਿਆ ਹੋਇਆ, ਠੀਕ ਆ, ਆਪੋ ਆਪਣੇ ਬੂਹੇ ਬਾਰੀਆਂ। ਆਹ ਦੇਖੋ ਬਈ ਬੱਲੇ ਵੀ ਬੱਲੇ, ਆਹ ਐਂ ਲੱਗਦਾ ਅੰਦਰ ਇੱਧਰੋਂ ਕਹਿਣ ਨਹੀਂ ਆਉਣਾ। ਇਹ ਵੇਖੋ ਵੱਖਰਾ ਜਗਾੜ ਆ, ਸਰਕਾਰ ਕਹੀ ਜਾਂਦੀ ਇਹ ਮੋਰਚਾ ਘੱਟ ਰਿਹਾ ਹੈਗਾ ਐਵੇਂ। ਹਾਂ ਬਾਈ ਕਿੱਥੋਂ? ਮੰਨਣ ਵਾਲੇ, ਤਰਨ ਤਾਰਨ ਵਾਲੇ, ਤਰਨ ਤਾਰਨ ਵਾਲੇ, ਬਾਬਾ ਦੀਪ ਸਿੰਘ ਜੋਨ। ਕਿਹੜੀ ਜੋਨ? ਬਾਬਾ ਦੀਪ ਸਿੰਘ ਜੋਨ। ਬਾਬਾ ਦੀਪ ਸਿੰਘ ਜੋਨ ਬਾਈ, ਤਰਨ ਤਾਰਨ ਵਾਲਿਆਂ ਦਾ ਟਿਕਾਣਾ ਦੇਖੋ ਬਾਈ। ਆਹ ਵੇਖੋ ਫੌਜਾਂ ਡਟੀਆਂ ਹੋਈਆਂ ਇਹਨਾਂ ਨੂੰ। ਆਹ ਵੇਖੋ ਇਹਨਾਂ ਦਾ ਆਪਣਾ ਸੰਦ ਸਮਾਨ ਬਈ ਇੱਧਰ। ਆਹ ਵੇਖੋ ਆਪਣਾ ਸਟੋਵ ਆ, ਆਪਣਾ ਜਗਾੜ ਆ, ਆਹ ਪੱਖਾ ਲੱਗਾ ਹੋਇਆ, ਠੀਕ ਆ। ਆਹ ਦੇਖ ਲਓ ਬੈੱਡ ਬਣਿਆ ਹੋਇਆ, ਠੀਕ ਆ। ਆਹ ਸਿੰਘ ਹੁਣ ਠਾਲੇ ਆਪਾਂ। ਆਹ ਦੇਖੋ ਉਹ ਕਹਿੰਦੇ ਵੀ ਆਪਾਂ ਰਗੜਾ ਲਾਉਣ ਵਾਸਤੇ ਵੀ ਕੂੰਡਾ ਡੰਡਾ ਰੱਖਿਆ ਹੋਇਆ ਵਾ, ਖਸਖਾਸ ਆਉਂਦਾ ਪੀ ਦੀ ਬਾਈ, ਠੀਕ ਆ। ਹਰ ਇੱਕ ਜਗਾੜ ਆ ਇੱਥੇ, ਹਰ ਰੰਗ ਆ ਬਈ, ਇੰਨੇ ਕਿਸਾਨ ਆ, ਕਿਸਾਨਾਂ ਦੇ ਹਰ ਰੰਗ ਤੁਸੀਂ। ਅੱਛਾ ਕਦੋਂ ਦੇ ਆਏ ਜੇ? ਬਾਈ ਦੇ। ਬਾਈ ਦੇ ਆਏ ਜੇ? ਹਾਂ। ਤੇ ਜਾਣਾ ਕਦੋਂ ਆ? ਵਿਸਾਖੀ ਦੇ। ਅੱਛਾ ਫਿਰ ਦੂਜਾ ਜਥਾ ਆ ਜੂਗਾ। ਹਾਂ। ਮੋਦੀ ਸਰਕਾਰ ਬਾਰੇ ਕਿਹਾ ਜਾਂਦਾ, ਕਹਿੰਦੇ ਇਹ ਮੰਨਦਾ ਨਹੀਂ ਕਿਸੇ ਕੋ। ਮੰਨੂਗਾ, ਬਣਾ ਕੇ ਹੜਾ ਕੇ ਜਾਂਦੇ ਨਹੀਂ ਅਸੀਂ। ਅੱਛਾ ਰਵਾਂਗੇ ਇੱਥੇ। ਅੱਛਾ ਚੜ੍ਹਦੀ ਕਲਾ ਵਾ ਫੌਜਾਂ ਦੀ ਬਈ, ਕੋਈ ਪਰਵਾਹ ਨੀ ਹੈਗੀ। ਜਿਹੜੇ ਕਹਿੰਦੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤੁੱਕੀਆਂ ਡਾ ਦਿਓ ਮੇਰੇ ਵੀਰ। ਆਹ ਦਿਖਾ ਦਿਓ ਜਰਾ, ਆਹ ਲਿਖੋ ਜੀ, ਆਹ ਅੱਡ ਰੰਗ ਆ, ਠੀਕ ਆ, ਆਪੋ ਆਪਣਾ ਰੰਗ ਆ ਬਈ। ਆਹ ਦੇਖੋ ਕਹਿੰਦੇ ਜਿੰਨਾ ਮੇਰੇ ਕੋਲ ਵਿਖਾ ਲਿਆ ਜੋ, ਅੱਜ ਮੈਂ ਤੁਹਾਨੂੰ ਦਿਖਾ ਦਾ ਮੋਰਚਾ ਇਹ ਘੱਟ ਰਿਹਾ ਹੈਗਾ। ਉਹ ਬਈ ਕਿੱਥੇ ਘੱਟ ਰਿਹਾ ਹੈਗਾ, ਇਹਦੇ ਚੜ੍ਹਦਾ ਹੀ ਤੁਰਿਆ ਆਉਂਦਾ। ਆਹ ਦੇਖੀ ਜਾਓ ਤੁਸੀਂ, ਆਹ ਬੱਸ ਆ ਬਾਈ, ਠੀਕ ਆ, ਆਹ ਬੱਸ ਆ, ਆਹ ਦੇਖੋ, ਆਹ ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਦੀ ਬੱਸ ਆ ਬਾਈ? ਆਹ ਪੰਡੋਰੀ ਸਦਮਾ ਵਾਲੇ ਬਈ, ਤਰਨ ਤਾਰਨ ਵਾਲੇ, ਤਰਨ ਤਾਰਨ ਗੁਰੂ ਅਰਜਨ ਦੇਵ ਦੀ ਨਗਰੀ ਦੇ। ਵਾਹ ਬਾਬਾ ਦੀਪ ਸਿੰਘ ਜੌਨ ਦੇ, ਬਿਲਕੁਲ। ਆਹ ਵੇਖੋ ਇਹਨਾਂ ਦੀ ਬੱਸ 'ਚ ਜਗਾੜ ਆ, ਆਂਦਾ ਮੋਰਚਾ ਵੇਖੋ। ਆਹ ਸਿਲੰਡਰ ਇਹਨਾਂ ਨੇ ਵੱਖਰਾ ਰੱਖਿਆ, ਆਹ ਦੇਖੋ ਪੱਖੇ ਵਿੱਚ ਲੱਗੇ ਹੋਏ ਆ। ਚੜ੍ਹਦੀ ਕਲਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ, 240 ਕਰ ਦਿਓ ਹੁਣ 42 ਤੋਂ। ਆਹ ਬੱਸ ਅੱਡਾ, ਸਤਿ ਸ਼੍ਰੀ ਅਕਾਲ ਮਹਾਰਾਜ। ਆਹ ਦੇਖੋ ਗੁਰੂ ਅਰਜਨ ਦੇਵ ਜੀ ਹੁਣ ਪਿੰਡ ਬੁੱਗਾ ਤਰਨ ਤਾਰਨ ਦੁਬੁਰ ਜੀ, ਇਹ ਇਲਾਕਾ ਵੀ ਵਾਹ ਬਈ ਸ਼ਾਬਾਸ਼ ਏ। ਆਹ ਦੇਖ ਲਓ ਵਿਖਾ, ਆਹ ਚਲੋ ਵਧੀਆ, ਵਾਹ 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 ਬਈ। ਇਹ ਆਉਂਦੇ ਵੀ ਸਾਡਾ ਜਗਾੜ ਦੇਖੋ। ਆਹ ਆਹ ਵੇਖੋ ਦਰਵਾਜ਼ਾ ਵੇਖੋ, ਆਹ ਵੇਖੋ ਦਰਵਾਜ਼ਾ ਖੋਲਿਓ ਬੰਦ ਕਰਿਓ। ਆਹ ਦੇਖੋ ਆਹ ਦਰਵਾਜ਼ਾ ਆਹ ਖੁੱਲ੍ਹਣ ਲੱਗਾ, ਵਾਹ ਬਈ ਵਾਹ ਸ਼ਾਬਾਸ਼ ਏ ਬਈ। ਆਹ ਜਗਾੜ ਦੇਖੋ ਪੂਰੇ ਗੱਤੇ ਦਾ ਜਗਾੜ ਬਣ ਗਿਆ ਬਈ, ਲੰਗਰ ਆਹ ਵਾਹ। ਆਹ ਦੇਖ ਲਓ ਆਹ ਅੰਦਰ, ਆਹ ਬੱਸ ਆ ਕੇ ਬਈ ਬੈੱਡ। ਆਹ ਵੇਖੋ ਐਂ ਕਿ ਫਾਈਵ ਸਟਾਰ ਤੋਂ ਵੇਖੋ ਕਿ ਘੱਟ ਨਹੀਂ ਹੈਗਾ, ਕਿਵੇਂ ਬਣਾਇਆ ਬਾਈ ਇਹ ਬੰਚ ਲਾ ਕੇ ਥੱਲੇ। ਅੱਛਾ ਤੇ ਆਹ ਵੇਖੋ ਕਰਕੇ ਉੱਤੇ ਗੱਦੇ ਵਿਛਾ ਕੇ। ਅੱਛਾ ਜੁਰਮਾਨਾ ਪਏ ਆ ਇਸੇ ਰਕਾਇਸ਼ ਕਰਨ ਦੇ। ਵਾਹ ਬਾਈ ਵੱਧ ਤੋਂ ਵੱਧ ਸ਼ੇਅਰ। ਆਹ ਦੇਖੋ ਬਈ ਆਹ ਦੇਖ ਲਓ, ਆਹ ਦੇਖ ਲਓ ਬੈੱਡ ਸਿਸਟਮ, ਆਹ ਤੇ ਵੱਟ ਕੱਢਦੇ ਬਈ, ਐਂ ਜਾਂ ਲੱਗਦਾ ਫਾਈਵ ਸਟਾਰ ਦੇ ਵਿੱਚ ਕਿਸਾਨ ਪਏ ਹੁੰਦੇ ਆ, ਜਿਹੜੇ ਕਹਿੰਦੇ ਨੇ ਵੱਧ ਤੋਂ ਵੱਧ 300 ਤੋਂ ਟਪਾ ਦਿਓ, ਤੁਕੀਆਂ ਲਵਾ ਬਈ, ਵਾਹ ਬਈ ਸ਼ੇਰਾਂ ਦੇ ਬਈ ਮੁੱਲ ਪਾ ਦਿਓ ਬਈ, ਜਿਹੜੇ ਡਟੇ ਹੋਏ ਆ ਆਪਣੇ ਘਰਾਂ ਦਾ ਕੰਮ ਛੱਡ ਕੇ ਅਤੇ ਆ ਕੇ ਮੋਦੀ ਨਾਲ ਟੱਕਰ ਲੈ ਰਹੇ ਆ। ਖੋਲ੍ਹੋ ਵੀ ਦਰਵਾਜ਼ਾ, ਆਹ ਵੇਖੋ ਬਈ ਆਹ ਦਰਵਾਜ਼ਾ ਵੀ ਆਪਣੀ ਕਿਸਮ ਦਾ ਆਪ ਆ, ਵਾਹ ਬਈ ਵਾਹ, ਠੀਕ ਆ। ਕਿਹੜਾ ਕਹਿੰਦਾ ਇਹ ਮੋਰਚਾ ਘੱਟ ਰਿਹਾ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਆਹ ਵੇਖੋ ਆਹ ਜਗਾੜ ਬਣ ਰਿਹਾ, ਇਹ ਅੱਜ ਆਪਣਾ ਖੋਲ੍ਹਣਗੇ ਮੋਰਚਾ। ਆਹ ਦੇਖੋ ਇਹ ਵਾਂਸ ਵਗੈਰਾ ਲੈ ਕੇ ਆਏ ਹੋਏ ਆ, ਹੁਣ ਇਹਨਾਂ ਨੇ ਕੋਈ ਜਗਾੜ ਬਣਾ, ਇੱਧਰ ਬਣ ਵੀ ਰਿਹਾ। ਕਿਹੜਾ ਪਿੰਡ ਆ? ਪਿੰਡ ਸ਼ੇਖ ਹੈ ਜੀ,
ਸ਼ੇਖ ਪਿੰਡ ਹਾਂਜੀ ਗਾੜਾ ਪਛਾੜਾ ਜੋਨ ਗਾੜਾ ਪਛਾੜਾ ਜੋਨ ਜ਼ਿਲ੍ਹਾ ਤਰਨ ਤਾਰਨ ਹਾਂਜੀ ਵਾਹ ਬਈ ਤਰਨ ਤਾਰਨ ਵਾਲਿਓ ਸ਼ਾਬਾਸ਼ ਬਈ ਆਹ ਜਗਾੜ ਬਣ ਰਿਹਾ ਬਈ ਇੱਧਰ ਦੇਖ ਲਓ ਬਈ ਆਹ ਦੇਖੋ ਆਹ ਜਗਾੜ ਬਣ ਰਿਹਾ ਆਹ ਦੇਖੋ ਪੱਖਾ ਵਾ ਆਹ ਲਾ ਰਹੇ ਆ ਇਹ ਕਈਆਂ ਨੇ ਬਣਾ ਲਿਆ ਬਸ ਇਹਦੇ ਬਣੇ ਹੀ ਜਾਂਦਾ ਜਗਾੜ ਇੱਧਰ ਟਰੈਕਟਰ ਟਰਾਲੀ ਇੱਧਰ ਪਿੰਡ ਲੁੱਧੜ ਆ ਜੋਨ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਆਹ ਵੀ ਡਟੇ ਹੋਏ ਆ ਆਹ ਦੇਖ ਲਓ ਆਹ ਦੇਖੋ ਬਈ ਆਹ ਵੇਖੋ ਬਈ ਆਹ ਵੇਖੋ ਸ਼ੇਰ ਡਟੇ ਹੋਏ ਜਿਹੜੇ ਕਹਿੰਦੇ ਮੋਰਚਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਆਹ ਦੇਖੋ ਬਈ ਕਿਹੜਾ ਇਲਾਕਾ ਭੀਲੋਵਾਲ ਜੀ ਭੀਲੋਵਾਲ ਅੰਮ੍ਰਿਤਸਰ ਭੀਲੋਵਾਲ ਅੱਛਾ ਕਿਹੜੀ ਜੋਨ ਆ ਤਰਸਿੱਕਾ ਜੀ ਤਰਸਿੱਕਾ ਵਾਲੇ ਆ ਬਈ ਅੰਮ੍ਰਿਤਸਰ ਜ਼ਿਲ੍ਹਾ ਬਈ ਠੀਕ ਆ ਬਈ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਮੋਰਚਾ ਕਰਦੇ ਆ ਜੀ ਜਿੰਨਾ ਚਿਰ ਰਹੂਗਾ ਅੱਛਾ ਉਹਨਾਂ ਚਿਰ ਹੀ ਨੱਪ ਕੇ ਰੱਖਾਂਗੇ ਵਧੀਆ ਵਧੀਆ ਬਈ ਆਹ ਵੇਖੋ ਬਈ ਆਹ ਹੁਣ ਡਟੇ ਹੋਏ ਆ ਅਤੇ ਆਪਾਂ ਨਾਲ ਹੁਣ ਕਿਸਾਨਾਂ ਨਾਲ ਫੋਟੋ ਵੀ ਖਿਚਾ ਰਹੇ ਨਾਲ ਦੀ ਨਾਲ ਆਹ ਦੇਖ ਲਓ ਹੈ ਆਹ ਦੇਖ ਲਓ ਵੀ ਕੰਮ ਐਂ ਚੱਲਦਾ ਇੱਥੇ ਚੜ੍ਹਦੀ ਕਲਾ ਵਿੱਚ ਮੋਰਚਾ ਚੱਲ ਰਿਹਾ ਅੱਗੇ ਆ ਜਾਓ ਅੱਗੇ ਆ ਜਾਓ ਨਾਲ ਨਾਲੇ ਆਪਣਾ ਕੰਮ ਕਰੀ ਜਾਈਏ ਆਹ ਦੇਖ ਲਓ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਆਹ ਦੇਖ ਲਓ ਟਰੈਕਟਰ ਟਾਲੀਆਂ ਆਹ ਪਿੰਡ ਭੀਲੋਵਾਲ ਜੋਨ ਤਰਸਿੱਕਾ ਆਹ ਵੇਖੋ ਬਜ਼ੁਰਗ ਡਟੇ ਹੋਏ ਆ ਆਹ ਲਗਾਤਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5 ਮਿੰਟ ਦਾ ਹੋਰ ਸਮਾਂ ਆਪਾਂ ਲਾਉਣਾ ਵੱਧ ਨਹੀਂ ਲਾਉਣਾ ਹੈਗਾ ਠੀਕ ਹੈ ਜੀ ਆਹ ਤੁਹਾਨੂੰ ਦਿਖਾ ਲੈਣਾ ਵੀ ਆਇਆ ਕਿੱਥੋਂ ਤੱਕ ਆ ਠੀਕ ਆ ਲਗਾਤਾਰ ਆ ਟਰੈਕਟਰ ਟਰਾਲੀਆਂ ਆਹ ਦੇਖੋ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਐਵੇਂ ਟਰੈਕਟਰ ਟਰਾਲੀਆਂ ਪਿੰਡ ਖਿਆਲਾ ਕਲਾਂ 2 ਟਰੈਕਟਰ ਟਰਾਲੀਆਂ ਬਈ ਇਹਨਾਂ ਦੀਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਆਹ ਦੇਖੋ ਬਈ ਅਰਜਨ ਵੱਡਾ ਖੜਾ ਬਈ ਠੀਕ ਆ ਆਹ ਦੇਖ ਲਓ ਇਹ ਵੀ ਨਗਰ ਹੈਗਾ ਹਰੇਕ ਦਾ ਠੀਕ ਆ ਲਗਾਤਾਰ ਟਰੈਕਟਰ ਟਰਾਲੀਆਂ ਵਿਆਪਕ ਪੱਧਰ 'ਤੇ ਠੀਕ ਆ ਜੀ ਆਹ ਦੇਖ ਲਓ ਰਾਮਸਰ ਤਲਵਾੜਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਦਮਦਮਾ ਸਾਹਿਬ ਜੋਨ ਆ ਬਈ ਇਹਨਾਂ ਦੀ ਆਹ ਦੇਖ ਲਓ ਕੱਲ੍ਹ ਫਤਿਹ ਆਇਆ ਵਾ ਟਰੈਕਟਰ ਹੀ ਢੱਕੀ ਜਾਣ ਡੇ ਆ ਕੀ ਕਰਨ ਲੱਗੇ ਜੇ ਵਧੀਆ 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 ਜਗਾੜ ਵਾਹ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਜ਼ੁਰਗਾਂ ਨੇ ਮੋਦੀ ਇੱਧਰ ਆਓ ਜਿਹੜਾ ਉਹ ਕਹਿੰਦੇ ਆ ਵੀ ਮੋਦੀ ਸਰਕਾਰ ਕਹਿੰਦਾ ਮੈਂ ਨਹੀਂ ਮੰਨਦਾ ਕਿੱਦਾਂ ਮਨਾਓਗੇ ਮਨਾਵਾਂਗੇ ਭਾਵੇਂ 1 ਸਾਲ ਲੱਗ ਜਾਏ ਭਾਵੇਂ 2 ਸਾਲ ਲੱਗ ਜਾਣ ਅੱਛਾ ਅੱਛਾ ਕਿੱਦਾਂ ਮਨਾਓਗੇ ਹੁਣ ਤੇ ਗੋਡਾ ਰੱਖ ਕੇ ਭਾਵੇਂ 10 ਸਾਲ ਲੱਗ ਜਾਣ ਅੱਛਾ ਵਾਹ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਮੋਦੀ ਨੂੰ ਦੱਸਦਾ ਕਿ ਵੀ ਮਾਝੇ ਦੇ ਸ਼ੇਰ ਕਿੱਦਾਂ ਦੇ ਆ ਅੱਛਾ ਵਾਹ ਜੀ ਆ ਇੱਧਰ ਦੇਖ ਲਓ ਇੱਧਰ ਡਬਲ ਹੋਣੇ ਦੋਵੇਂ ਸੜਕਾਂ ਤੇ ਆ ਇਹ ਮੈਂ ਤੁਹਾਨੂੰ ਜੂਮ ਆਹ ਦੇਖ ਲਓ ਇਹ ਦੋਵੇਂ ਸੜਕਾਂ ਹੁਣ ਮਲੀਆਂ ਹੋਈਆਂ ਯਾਰ ਇੰਨਾ ਵੱਡਾ ਵਾ ਇਹਨੂੰ 1 ਦਿਨ 'ਚ ਨਹੀਂ ਵਿਖਾਲਿਆ ਜਾ ਸਕਦਾ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨੱਪ ਕੇ ਲੈ ਜਾਓ ਮੇਰੇ ਵੀਰ ਜਿਹੜਾ ਠੀਕ ਆ ਹੁਣ 1 ਬੰਨੇ ਹੁਣ ਦੇਖੋ ਜਿੰਨਾ 10-12 ਮਿੰਟ ਆਹ ਦੇਖੋ ਆਹ ਇਹਦੇ ਅੰਦਰ ਜਗਾੜ ਹੀ ਵੱਖਰੇ ਨੇ ਆਹ ਵੇਖੋ ਵੀ ਆਹ ਆਪਣੀ ਕਿਸਮ ਦਾ ਬੈੱਡ ਆ ਆਪਣੀ ਕਿਸਮ ਦਾ ਬੈੱਡ ਆ ਆਹ ਜਗਾੜ ਆ ਵਿੱਚ ਲਾਈਟਾਂ ਲੱਗੀਆਂ ਨਾਲੇ ਆਹ ਦੇਖੋ ਬੋਰਡ ਲੱਗੇ ਆ ਕਹਿੰਦੇ ਆ ਮੱਖਣ ਵਿੰਡੀਏ ਆ ਬਈ ਆਹ ਵੇਖੋ ਕਹਿੰਦੇ ਮੱਖਣ ਵਿੰਡੀਏ ਆ ਹੈਂ ਅੰਮ੍ਰਿਤਸਰ ਤੋਂ ਹੈ ਆਹ ਦੇਖ ਲਓ ਗੁਰੂ ਰਾਮਦਾਸ ਸਿਟੀ ਜੋਨ ਆ ਬਈ ਆਹ ਦੇਖ ਲਓ ਆਹ ਸੰਦ ਸਮਾਨ ਲੱਗਾ ਹੋਇਆ ਸਿਟੀ ਜੋਨ ਆ ਅੰਮ੍ਰਿਤਸਰ ਜ਼ਿਲ੍ਹੇ ਦੀ ਆਹ 2 ਟਰੈਕਟਰ ਟਰਾਲੀਆਂ ਇਕੱਠੀਆਂ ਜੁੜੀਆਂ ਹੋਈਆਂ ਆਹ ਜਗਾੜ ਅੰਦਰ ਹੈਗਾ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਖਿਆਲ ਟਪਾ ਦਿਓ 300 ਤੋਂ ਪਲੱਸ ਜਿਹੜਾ ਹੁਣ 5-7 ਮਿੰਟ ਰਹਿ ਗਏ ਆਪਾਂ ਵਿਖਾਈਏ ਜਿਹੜੇ ਆਉਂਦੇ ਅਗਲੇ ਬੰਨੇ ਵੀ ਦੇਖ ਲਓ ਦੋਵੇਂ ਪਾਸੇ ਮੈਂ ਲਗਭਗ ਜਿੰਨਾ ਮੇਰੇ ਕੋਲ ਤੁਰਿਆ ਗਿਆ 1.5 ਕਿਲੋਮੀਟਰ ਤੁਰ ਆਇਆ ਵਾਂ ਇਹਦਾ ਬਾਈ ਮੁੱਕਣ ਦਾ ਇਹਦਾ ਪ੍ਰਬੰਧ ਨਹੀਂ ਆਹ ਦਿਓ ਬੋਲੋ ਬਈ ਆਹ ਵੱਖਰਾ ਹੀ ਜਗਾੜ ਆ ਦੇਖੋ ਆਹ ਉਹ ਵੇਖੋ ਕਿੱਥੋਂ ਦਾ ਹੈਂ ਆਹ ਤਾਂ ਵਾਂਸ ਆ ਰਹੇ ਆ
ਸੰਨਾ ਪੈ ਰਹੀਆਂ ਵਾ ਜਗਾੜ ਦੇਖੋ ਠੀਕ ਆ ਹਰੇਕ ਬੰਦਾ ਆਹ ਜੋਨ ਬਾਬਾ ਬਕਾਲਾ ਸਾਹਿਬ ਪਿੰਡ ਸਠਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇਖ ਲਓ ਇਹ ਕਿੱਦਾਂ ਮੈਂ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜਿਹੜੇ ਕਹਿ ਰਹੇ ਆ ਵੀ ਧਰਨਾ ਇੱਧਰ ਦੋ ਅੱਡ ਲੱਗੇ ਹੋਏ ਨੇ ਲਗਾਤਾਰ ਚੱਲ ਰਿਹਾ ਮੋਰਚਾ ਇਹ ਵੱਧ ਤੋਂ ਵੱਧ ਤੁਸੀਂ ਦੇਖ ਲਓ ਆਹ ਚਾਰ ਲਾਈਨਾਂ 'ਚ ਟਰਾਲੀਆਂ ਵਾ ਲਗਾਤਾਰ ਆਹ ਦੇਖ ਲਓ ਜਿਹੜੇ ਕਹਿੰਦੇ ਮੋਰਚਾ ਮੁੱਕ ਰਿਹਾ ਵਾ ਆਹ ਦੇਖ ਲਓ ਕਲੇਰ ਬਾਲਾ ਜੋਨ ਟਾਹਲੀ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਲਗਾਤਾਰ ਇਹ ਇੰਨਾ ਕੁ ਤਕੜਾ ਵਾ ਹਜੂਮ ਆ ਵੀ ਤੁਸੀਂ ਦੇਖ ਆਹ ਅਰਜਨ ਟਰੈਕਟਰ ਖੜ੍ਹਾ ਬਈ ਠੀਕ ਆ ਆਹ ਇੱਧਰਲੇ ਬੱਲੇ ਸਵਰਾਜ 855 ਲਗਾਤਾਰ ਬਈ ਇੱਧਰ ਵੀ ਇੱਧਰਲੇ ਬੰਨੇ ਵੀ ਆਹ ਪਿੰਡ ਝੰਡੇ ਜੋਨ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਪਿਛਲੇ ਬੰਨੇ ਵੀ ਲਗਾਤਾਰ ਆਹ ਦੇਖ ਲਓ ਦੋਵੇਂ ਪਾਸੇ ਉਹ ਆਓ ਦਿੱਲੀ ਚੱਲੀਏ ਲਿਖਿਆ ਹੋਇਆ ਪਿੰਡ ਨਸੀਬਪੁਰ ਲਿਖਿਆ ਹੋਇਆ ਵਾ ਇੱਧਰ ਵੀ ਸਾਰੇ ਆ ਵੱਖੋ ਬਜ਼ੁਰਗ ਆਪਣਾ ਜਗਾੜ ਵੜ ਕੇ ਮੱਛਰ ਤੋਂ ਬਚਣ ਲਈ ਅੰਦਰ ਡੱਠ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਦੇਖ ਲਓ ਠੀਕ ਆ ਜਿਹੜੇ ਕਹਿ ਰਹੇ ਲੱਭ ਜੋ ਲੈ ਜਾਓ 300 ਤਾਂ ਨੱਪ ਕੇ ਬਈ ਇਹਨਾਂ ਨੂੰ ਖਿੱਚ ਕੇ ਜਰਾ ਆਹ ਦੇਖੋ ਐਂ ਲੱਗਦਾ ਜਿਵੇਂ ਰਾਹ ਹੀ ਬੰਦ ਹੋ ਗਿਆ ਹੁੰਦਾ ਟਰੈਕਟਰ ਹੀ ਟਰੈਕਟਰ ਸਤਿ ਸ਼੍ਰੀ ਅਕਾਲ ਭਰਾਓ ਸਤਿ ਸ਼੍ਰੀ ਅਕਾਲ ਆਹ ਦਿਖਾਉਣਾ ਸਾਰੇ ਦੁਨੀਆ ਨੂੰ ਪਤਾ ਲੱਗੇ ਵੀ ਇਹ ਕਿੱਡਾ ਤਕੜਾ ਮੋਰਚਾ ਇਹ ਫੱਤੂ ਪੀਲਾ ਜੋਨ ਕੱਥੂ ਨੰਗਲ ਠੀਕ ਆ ਜੀ ਆਹ ਲਗਾਤਾਰ ਆਹ ਦੇਖੋ ਇੰਡੋ ਫਾਰਮ ਠੀਕ ਆ ਜੀ ਤਿੰਨ ਚਾਰ ਟਰਾਲੀਆਂ ਵਿੱਚ ਇੱਕ ਦੂਜੇ ਦੇ ਫਸੀਆਂ ਹੋਈਆਂ ਜਿਹੜੇ ਕਹਿ ਰਹੇ ਮੋਰਚਾ ਮੁੱਕ ਰਿਹਾ ਵਾ ਠੀਕ ਆ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਤੁਹਾਨੂੰ ਆਹ ਬੱਲੇ ਬਈ ਬੱਲੇ ਹਜੇ ਪਤਾ ਨਹੀਂ ਕੀ ਕੁਛ ਦੇਖਣਾ ਆਹ ਦੇਖ ਲਓ ਇਹ ਅੱਡ ਕਿਸਮ ਦਾ ਜਗਾੜ ਆ ਗਿਆ ਬਈ ਆਹ ਦੇਖ ਲਓ ਬਈ ਇਹ ਬੈੱਡ ਬਣਿਆ ਅਤੇ ਲੋਹੇ ਦਾ ਬਣ ਰਿਹਾ ਵੇਖੋ ਆਹ ਮੇਰੇ ਖਿਆਲ ਹੁਣ ਇੱਥੇ ਆਪਾਂ ਮਕਾਵਾਂਗੇ ਜ਼ੋਰ ਹੋ ਗਿਆ ਆਪਣਾ ਵੀ ਭਾਈ ਠੀਕ ਆ ਜੋਨ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਭੁੱਲ ਰਿਹਾ ਮੋਟਰਸਾਈਕਲ ਵੀ ਇਹਨਾਂ ਕੋਲ ਰੱਖਿਆ ਵਾ ਆਹ ਇਹਨਾਂ ਦਾ ਬੈੱਡ ਸਿਸਟਮ ਦੇਖੋ ਆਹ ਨਵਾਂ ਜਗਾੜ ਬਣ ਰਿਹਾ ਉਹ ਕੀ ਬਣਾ ਰਹੇ ਬਾਈ ਦੱਸ ਦਿਓ ਆਹ ਕੂਲਰ ਆ ਗਿਆ ਵਾ ਆਹ ਥੱਲੇ ਸਾਰੇ ਐਂਗਲ ਪਏ ਹੋਏ ਆ ਕੀ ਬਣਾ ਦੇਣ ਲੱਗੇ ਜੀ ਸ਼ੈੱਡ ਬਣਾਉਣ ਡਿਆ ਜੀ ਹੈਂ ਇਹ ਸ਼ੈੱਡ ਬਣਾਉਣ ਲੱਗੇ ਜੀ ਪੂਰਾ ਆਪਣਾ ਇੱਥੇ ਹੁਣ ਰਹਿਣ ਬਸੇਰਾ ਪੂਰਾ ਬਣਾ ਲੱਗੇ ਹਾਂ ਅੱਛਾ ਕੂਲਰ ਆ ਗਏ ਆ ਉੱਧਰੋਂ ਫਰਿੱਜ ਵੀ ਲੈਣ ਦੀ ਇੱਕ ਅੱਛਾ ਅਤੇ ਪਾਣੀ ਵੀ ਠੰਡਾ ਉੱਧਰ ਟੀਵੀ ਆ ਜੀ ਖਬਰਾਂ ਵੀ ਸੁਣਨ ਵਾਸਤੇ ਆਪਾਂ ਟੀਵੀ ਆ ਗਿਆ ਚਾਲੂ ਆ ਇਹ ਅੱਛਾ ਹਾਂਜੀ ਟੀਵੀ ਚਾਲੂ ਆ ਇੱਧਰ ਪੱਖੇ ਪੁੱਖੇ ਲਾ ਤੇ ਸਾਰੇ ਆਪਣੇ ਸਾਰੇ ਹਰ ਇੱਕ ਨੂੰ ਸਹੂਲਤਾਂ ਦੇ ਦਿੱਤੀਆਂ ਘਰ ਵਾਲੀਆਂ ਵਾਹ ਬਈ ਵਾਹ ਤੇ ਇਹ ਸ਼ੈੱਡ ਜਿਹੜੇ ਹਿਸਾਬ ਨਾਲ ਬਣਾਉਣ ਡਏ ਉਹ ਮੁੜਨਾ ਨਹੀਂ ਹੈਗਾ ਪੰਜਾਬ ਨੂੰ ਨਾ ਮੁੜਨਾ ਦੱਸ ਜਦੋਂ ਮੰਡੀਆਂ ਤੇ ਉੱਧਰ ਸਾਡੀਆਂ ਖਤਮ ਕਰਤੀਆਂ ਤੇ ਮੁੜਨਾ ਦੱਸ ਕਹਦੇ ਵਾਸਤੇ ਆ ਵਾਹ ਬਈ ਵਾਹ ਉਹ ਕਹਿਣ ਡੇ ਮੋਰਚਾ ਠੰਡਾ ਪੈ ਜਾਣਾ ਇਹ ਮੈਂ ਨਾ ਬਿਲਕੁਲ ਨਹੀਂ ਆਹ ਸੰਗਤਾਂ ਚੜ ਕੇ ਆ ਰਹੀਆਂ ਪੂਰੀਆਂ ਚੜ੍ਹਾਈ ਕਰਕੇ ਤੇ ਆਪਾਂ ਫਿਰ ਟਰਮ ਚਾ ਰਹੇ ਹਾਂ ਵੱਡੀ ਮਤਾਵਾਂ ਭੈਣਾਂ ਨੂੰ ਨਾਲ ਲੈ ਕੇ ਅਗਲੇ ਪੜਾਅ ਦੇ ਵਿੱਚ ਤਗੜੇ ਲੈ ਕੇ ਆਵਾਂਗੇ ਅੱਛਾ ਵਾਢੀਆਂ 'ਚ ਤੁਹਾਡਾ ਇਰਾਦਾ ਵੀ ਮਤਾਵਾਂ ਪੈਣਾ ਹੋਣਗੀਆਂ ਹਾਂ ਅਸੀਂ ਕਹਿੰਦੇ ਵੀ ਅਗਲੀਆਂ 'ਚ ਸਾਡੇ ਭਾਈਆਂ ਨੂੰ ਚੱਲ ਕਣਕ ਤੂੜੀ ਸਾਹਮਣੀ ਆ ਅਤੇ ਆਹ ਅਗਲਾ ਟਰਮ ਜਿਹੜੀ ਆ ਸਾਡੀਆਂ ਮਤਾਵਾਂ ਭੈਣਾਂ ਦੀ ਹੋਣੀ ਆ ਉਹ ਵੱਡੇ ਪੱਧਰ 'ਤੇ ਆਪਾਂ ਜਿਹੜਾ ਰਹਿਣ ਬਸੇਰਾ ਸਾਡਾ ਜਿਹੜਾ ਉਹ ਭੈਣਾਂ ਵਾਸਤੇ ਬਣ ਡਿਆ ਉਹ 'ਚ ਥੋੜ੍ਹੀ ਕਸਰ ਹੈਗੀ ਆ ਉਹ ਜਿਹੜਾ ਬਣ ਡਿਆ ਉਹਦੇ 'ਚ ਰਹਿਣ ਬਸੇਰਾ ਕਰਾਵਾਂਗੇ ਪੂਰਾ ਸਹੂਲਤਾਂ ਜੋ ਵੀ ਲੈਟਰਿੰਗ ਬਾਥਰੂਮਾਂ 'ਤੇ ਸਾਰਾ ਬਣਾ ਦਿੱਤਾ ਕੋਈ ਅੱਜ ਹੋ ਰਹੀ ਹੈ ਟੇਲੋ ਵੀ ਕੱਢੀ ਜਾਣੀ ਆ ਤੁਹਾਡਾ ਕਹਿਣ ਤੋਂ ਭਾਵ ਆ ਵੀ ਬੀਬੀਆਂ ਵਾਸਤੇ ਅੱਡ ਸਾਰਾ ਸਿਸਟਮ ਬਣ ਰਿਹਾ ਹਾਂ ਵੱਖਰਾ ਵੱਖਰਾ ਉਹ ਬਣ ਡਿਆ ਸਾਰਾ ਕੋਈ ਸਹੂਲਤਾਂ ਬਿਲਕੁਲ ਕੋਈ ਗੱਲ ਨਹੀਂ ਉਹਨਾਂ ਦੇ ਰਹਿਣ ਬਸੇਰੇ ਵਾਸਤੇ ਆ ਸਾਰਾ ਕੁਝ ਉੱਥੇ ਹੋ ਰਿਹਾ ਜੀ ਅਤੇ ਬਾਕੀ ਇੱਥੇ ਆ ਜਿਹੜੀਆਂ ਭਾਈਆਂ ਦੀਆਂ ਸਹੂਲਤਾਂ ਇਹ ਵੀ ਆਪੋ ਆਪਣੇ ਨਾਲ ਚੱਲ ਰਿਹਾ ਜੀ ਨਾਲ ਲੰਗਰਾਂ ਦਾ ਵੇਖੋ ਖੰਡ ਦਾ ਤੋੜੇ ਜਿਹੜੇ ਆ ਰੱਖੇ ਆ ਦੋ ਤਿੰਨ ਤੋੜੇ ਖੰਡਦੇ ਪਏ ਆ ਹਾਂਜੀ ਸਿਲੰਡਰ 4 ਭਰੇ ਪਏ ਆ ਸਾਰਾ ਕੁਝ ਆਪਣੇ ਕੋਲ ਅਸੀਂ ਸਮਾਨ ਜਿਹੜਾ ਮਤਲਬ ਸਾਲ ਸਾਲ ਦਾ ਪਿਆ ਸਾਡੇ ਕੋਲ ਇਹੋ ਤਾਂ ਵਾਹ ਬਈ ਵਾਹ ਆਹ ਜਹਾਂਗੀਰ ਦੇ ਬਜ਼ੁਰਗ ਆਪਣੇ ਬਾਪੂ ਜੀ ਲੀਡਰ ਸਾਹਿਬ ਨੇ ਦੱਸੋ ਕੀ ਨਾਮ ਦੱਸਿਓ ਜਰਾ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਆ ਜੀ ਅੱਛਾ ਆਪ ਨੂੰ ਮਿਲ ਕੇ ਅੱਛਾ ਗੱਲ ਸਾਰੇ ਹੀ ਮੋਰਚੇ ਡਟੇ ਆ ਜੀ
ਵਾਹ ਬਾਈ ਵਾਹ, ਚੰਗੀ ਗੱਲ ਆ। ਆ ਦੇਖੋ ਜੀ ਇੱਥੇ ਮੁਕਾਉਂਦੇ ਹਾਂ ਇਹਨੂੰ, ਠੀਕ ਆ, ਇੱਥੇ ਇਹਨੂੰ ਮੁਕਾਵਾਂਗੇ ਔਰ ਮੈਂ ਤੁਹਾਡੇ ਨਾਲ ਗੱਲ ਕਰ ਲਾਂ। ਸੋ ਤੁਸੀਂ ਅੱਜ, ਮੈਂ ਸਿਰਫ ਮਕਸਦ ਸੀਗਾ ਵੀ ਜਿਹੜੇ ਕੁਝ ਦਾਅਵੇ ਹੋ ਰਹੇ ਆ, ਔਰ ਜਿਵੇਂ ਵੀ ਇਹ ਮੋਰਚਾ ਕਮਜ਼ੋਰ ਹੋ ਰਿਹਾ, ਮੋਰਚਾ ਪਿੱਛੇ ਜਾ ਰਿਹਾ, ਮੈਂ ਤੁਹਾਨੂੰ ਦਿਖਾ ਲਿਆ, ਮੈਂ ਹਜੇ ਮੇਰੇ ਖਿਆਲ 2 ਕਿਲੋਮੀਟਰ ਸ਼ਾਇਦ ਚੱਲ ਪਾਇਆ ਹੋਵਾਂ, ਇਹ ਤੋਂ ਵੱਧ ਨਹੀਂ ਗਾ, ਬਹੁਤ ਲੰਮਾ ਚੌੜਾ। ਅਗਲੇ ਬੰਨੇ ਵੀ ਬਹੁਤ ਆ, ਇੱਥੇ ਮੋਟਰਸਾਈਕਲ ਅਤੇ ਵਹੀਕਲਾਂ 'ਤੇ ਹੀ ਜਾਣਾ ਪੈਂਦਾ ਵਾ ਅੱਗੇ ਪਿੱਛੇ, ਇਹ ਨਹੀਂ ਇਹ ਹੁੰਦਾ ਹੈਗਾ। ਤੋ ਇਸ ਕਰਕੇ ਭਰਾਓ, ਜਿਨ੍ਹਾਂ ਨੇ ਸ਼ੇਅਰ ਕੀਤਾ, ਵੱਧ ਤੋਂ ਵੱਧ ਇਹ ਮਿਲੀਅਨ ਚੱਲਣੀ ਚਾਹੀਦੀ ਆ, ਮੋਦੀ ਤੱਕ ਪਹੁੰਚਣੀ ਚਾਹੀਦੀ ਆ, ਦਿੱਲੀ ਜਾਣੀ, ਦਿੱਲੀ ਦਰਬਾਰ 'ਚ ਜਾਣੀ ਚਾਹੀਦੀ ਆ, ਉਹਨਾਂ ਨੂੰ ਪਤਾ ਲੱਗਦਾ ਵੀ ਮੋਰਚਾ ਕਿੱਡਾ ਵੱਡਾ ਵਾ। ਧੰਨਵਾਦ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਫੌਜਾਂ ਦੇਖ ਲਓ ਬਈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।